ਕਹੇ ਆਤਮਾ ਰਾਮ ਜੇ ਪਾਲ ਲਿਆ ਤਾਂ ਦਰਸ਼ਨ ਦੇਣਗੇ ਤੈਨੂੰ ਗੋਪਾਲ ਬੇਦੀ। ਫਿਰ ਭਗਵਾਨ ਜਿਸ ਕੇ ਨੇਤਰ ਬਹਾਰਨੇ ਕਰਕੇ ਗਣਪਤ ਕਿਰਪਤ ਦੇਵ ਪਤਾ ਗੌਰਪਤ ਗਣ ਬਿਆਲਾ ਤਿਰਲੋਚਨ ਹਰ ਚਤਰ ਭੁਜਨ ਮਹਾਕਮਲ ਕੇ ਕਮਲ ਤੇਰੇ ਦੁਆਰੇ ਉੱਤੇ ਕੂਕ ਦੇ ਸਵਾਲੀਏ ਬੈਠ ਕੇ ਕਲਾਸ ਤੇ ਸਮਾਧੀ ਲਾਲੀਏ ਉਹ ਚਿਹਰਾ ਬੰਨੀ ਜਾਵੇ ਤੁਮਾਰਾ ਤੇ ਆਨ ਗੋ ਨੀਲ ਕੰਠ ਕੰਠ ਮੇ ਬਰਾਜਮਾਨ ਗੋ ਦੇਵਤਿਆਂ ਦੇ ਕਾਰਜ ਬਣਾਉਣ ਵਾਲੇ ਆ ਪੀ ਕੇ ਹਲਾ ਹਲ ਨੂੰ ਪਚਾਉਣ ਵਾਲੇ ਆਂਦੇ ਕਿਤੇ ਜਾਂਦਾ ਨਕਸ਼ਾਨ ਗੋ ਨੀਲ ਕੰਠ ਕੰਠ ਮੇ ਬਰਾਜਮਾਨ ਗੋ ਸੂਲ ਕਰਾਮੀ ਸਜਤ ਕਰਾਮੀ ਸਜਤ ਗਏ ਗੌਰਾਂ ਸੰਗ ਨਾਚੇ ਸਾਥ ਮੀ ਬਜਤ ਗਏ ਸਾਜ ਤੋਂ ਬਗੈਰਾ ਸੁਣਾ ਜਾਂਦਾ ਗਾਨ ਹੋ ਨੀਲ ਕੰਠ ਕੰਠ ਮੀ ਬਰਾਜਮਾਨ ਹੋ ਪਾਲ ਵਿੱਚ ਸਸੀ ਤੇ ਜਟਾਮੀ ਗੰਗ ਹੈ ਗਲ ਚ ਫੁਕਾਰੇ ਮਾਰਦਾ ਪੁਯੰਗ ਹੈ ਯਾਰੇ ਫਿਰ ਸਵਾਮੀ ਆਸਾਂ ਦੀ ਕਲਿਆਣ ਹੋ ਨੀਲ ਕੰਠ ਕੰਠ ਮੀ ਬਰਾਜਮਾਨ ਹੋ ਟੋਲਾ ਕੇ ਰੱਖਦੇ ਬੜੀ ਪ੍ਰੀਤ ਹੋ ਸਾਰੋ ਪਾਂਦੇ ਪਹਿਨਦੇ ਜਾਗੋ ਪਵੀਤ ਹੋ ਨਾਲੀ ਜਾਂਦੀ ਤੇਰੀ ਸ਼ਾਨ ਹੋ ਨੀਲ ਕੰਠ ਕੰਠ ਮੀ ਬਰਾਜਮਾਨ ਹੋ ਭਾਵੇਂ ਅੰਗ ਬੈਠੀ ਗੌਰ ਜਾਂ ਸੁਹਾਵਤੀ ਗੌਰ ਜਾਂ ਸੁਹਾਵਤੀ ਭੰਗ ਦੇ ਪਿਆਲੇ ਕੋਟ ਕੋਟ ਪਿਆਵਤੀ ਅੱਗ ਤੇ ਤਾਂ ਦੂਰਾਂ ਵਿੱਚ ਜਾਂਦਾ ਪਾਨ ਹੋ ਨੀਲ ਕੰਠ ਕੰਠ ਮੀ ਬਰਾਜਮਾਨ ਹੋ ਜਾਨਣ ਖਟਾਨਣ ਤੁਮਾਰੇ ਤਾਤ ਗਏ ਪਹਿਲਾਂ ਪੂਜਾ ਹੁੰਦੀ ਸੁਰਾਂ ਮੇ ਸੁਹਾਤ ਹੈ ਉਹਨਾਂ ਬਿਨਾਂ ਜਾਂਦਾ ਕਰ ਜਵਰਾਨ ਹੋ ਨੀਲ ਕੰਠ ਕੰਠ ਮੀ ਬਰਾਜਮਾਨ ਹੋ ਪਸਮ ਬੈਠ ਕੇ ਚੜਾਏ ਕੇ ਬੈਠ ਕੇ ਚੜਾਏ ਕੇ ਰਿਸ਼ੀ ਮੁਨੀ ਕਰ ਦੇ ਤਾਰਿਸ਼ ਆਏ ਕੇ ਤਾਰਿਸ਼ ਕਰੇ ਤੋ ਜਾਣਦਾ ਗਿਆਨ ਹੋ ਨੀਲ ਕੰਠ ਕੰਠ ਮੀ ਬਰਾਜਮਾਨ ਹੋ ਸ਼ਾਮ ਰਾ ਬਰਨ ਜੈਸੇ ਹੁੰਦਾ ਅੰਬਰ ਕੱਟ ਸੇ ਲਪੇਟੀ ਰੱਖ ਦੇ ਦਿਗੰਬਰ ਸਵਾਮੀ ਪ੍ਰਤਾਪ ਤੂੰ ਸਾਡਾ ਮਹਾਨ ਹੋ ਨੀਲ ਕੰਠ ਕੰਠ ਮੀ ਬਰਾਜਮਾਨ ਹੋ ਕੇ ਮਨੋਜ ਨੇ ਕੀਤਾ ਤੰਗ ਸੀ ਹਾਂ ਕੀਤਾ ਤੰਗ ਸੀ ਫੂਕ ਦਿੱਤੇ ਅੰਗ ਕਰ ਤਾਇਓ ਨੰਗ ਸੀ ਕ੍ਰੋਧ ਬਾਰੇ ਮਾਰ ਗੀ ਨੀ ਗਾਦੇ ਬਾਨ ਹੋ ਨੀਲ ਕੰਠ ਕੰਠ ਮੀ ਬਰਾਜਮਾਨ ਹੋ ਬੁੱਧੀ ਮੰਡਲਾਵੇ ਵਿੱਚ ਅਸਮਾਨਾ ਦੇ ਕਰੇ ਜਾ ਕੇ ਸੈਰ ਦੇ ਅਸਥਾਨਾ ਦੇ ਜਾਵੇ ਫਿਰ ਸਾਬ ਸ਼ਹਿਰਾਂ ਦੀ ਜਵਾਨ ਹੋ ਨੀਲ ਕੰਠ ਕੰਠ ਮੀ ਬਰਾਜਮਾਨ ਹੋ ਜਿਹੜਾ ਤਾਂ ਪੁਰਸ਼ ਸ਼ਿਵਾਂ ਕੋ ਤਿਆਵੇ ਨਾ ਸ਼ਿਵਾਂ ਕੋ ਤਿਆਵੇ ਨਾ
ਉਸ ਬੋਲੇ ਕਿ ਸਵਾਮੀ ਦਾ ਤਾਰਿਸ਼ ਪਾਵੇ ਨਾਮੀ ਉਸ ਦੇ ਘਰੋਂ ਬਜਾਂਦੇ ਭਗਵਾਨ ਹੋ ਨੀਲ ਕੰਠ ਕੰਠ ਮੇ ਬਰਾਜਮਾਨ ਹੋ ਨਿਕਲੇ ਆਵਾਜ਼ ਅਖਬਾਰ ਦੇ ਵਿੱਚੋਂ ਪੈਂਦੀ ਆ ਮੀਂਹ ਜੋ ਸੁਤਾਰ ਦੇ ਵਿੱਚੋਂ ਰਾਜ ਦੀ ਸ਼ਕਲ ਪੂਰਾ ਸੁਲਤਾਨ ਪੂਰਾ ਸੁਲਤਾਨ ਹੋ ਨੀਲ ਕੰਠ ਕੰਠ ਮੇ ਬਰਾਜਮਾਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੀਰਾਂ ਦੀ ਗੱਦੀ ਨੂੰ ਤੁਹਾਡੀ ਸੰਗਤ ਨੂੰ ਸਵਾਮੀ ਜੀ ਨੂੰ ਸਾਡੀ ਕਰੋੜਾਂ ਕਰੋੜਾਂ ਵਾਲੀ ਨਮਸਕਾਰ ਹੈ। ਇਹ ਜ਼ਿਆਦਾ ਤੋਂ ਜ਼ਿਆਦਾ ਹੀ ਰੰਗਤ ਆਪਣੀ ਵੱਧਦੀ ਤੁਰੀ ਜਾਂਦੀ ਹੈ, ਜ਼ਿਆਦਾ ਤੋਂ ਜ਼ਿਆਦਾ ਹੀ ਸਰੋਤੇ ਬਣਦੇ ਜਾਂਦੇ ਹੋ, ਜ਼ਿਆਦਾ ਤੋਂ ਜ਼ਿਆਦਾ ਇਹ ਜਿਹੀ ਭੂਮਿਕਾ ਇਹਨੂੰ ਰੰਗ ਲੱਗਦੇ ਤੁਰੇ ਜਾਂਦੇ ਹੈ। ਕਿਆ ਸੰਤ ਕਹਿ ਸਕਦੇ ਹੈ, ਇਹ ਕੋਈ ਦਾਤੇ ਦੀ ਸ਼ਕਤੀਆਂ ਦੀ ਇਹ ਕੋਈ ਮਿਹਰ ਹੈ। ਇਸ ਤਰ੍ਹਾਂ ਦੀ ਸਭਾ ਕਿਸੇ ਜਗ੍ਹਾ ਪਰ ਨਹੀਂ ਬਣਿਆ ਕਰਦੀ, ਜੇ ਬਣਦੀ ਹੈ ਤਾਂ ਕੋਈ ਨਾ ਕੋਈ ਰੌਲਾ ਪਾਉਂਦਾ ਰਹਿੰਦਾ। ਇਹਦੇ ਜੈਸੇ ਬ੍ਰਹਮਾ ਜੀ ਜਾਂ ਪੰਡ ਸੂਰ ਜੀ ਨੇਮ ਖਾਰ ਤੇ ਤੀਰ ਕਥਾ ਸੁਣਾਉਂਦੇ ਜਾਂ ਬ੍ਰਹਮਾ ਜੀ ਦੇਵਤਿਆਂ ਨੂੰ ਸੁਣਾਉਂਦੇ, ਵੈਸੇ ਉਹੀ ਕੁਦਰਤ ਦੇ ਨਾਲ ਸਭਾ ਬਣੀ ਹੈ ਕਿ ਤੁਹਾਡਾ ਕੁਝ ਦੇਣ ਨਹੀਂ ਦੇ ਸਕਦੇ। ਬਾਕੀ ਐਤਕੀ ਵਾਰ ਬੜੀ ਖੁਸ਼ੀ ਹੈ ਸਾਨੂੰ ਕਿ ਚੋਗਾ ਪਾਉਣਾ ਪਰਿੰਦਿਆਂ ਸ਼ੁਰੂ ਕਰਦੇ, ਕਿਤੇ ਮਿਲੇਂਗੇ ਹੰਸ ਹਮਾ ਬੰਦੇ। ਇਹ ਕਰਮ ਹੁੰਦਾ ਕਰਕੇ ਫਿਰ ਬੜੇ ਬੜੇ ਗਵਈਏ ਇੱਥੇ ਪ੍ਰਕਾਸ਼ ਚੰਦ ਜੀ, ਦਰਬਾਰਾ ਸਿੰਘ ਜੀ ਅਤੇ ਇੱਕ ਆਪਣਾ ਲੜਕਾ ਹਰਬੰਸ ਲਾਲ, ਇੱਕ ਕੋਈ ਫੱਕਰ ਹੋਰ ਹੈ, ਇਹ ਤੁਹਾਡੀ ਕਿਰਪਾ ਪੀਰ ਦੀ ਕਿਰਪਾ ਨਾਲ ਇੰਨੇ ਗਵਈਏ ਇਕੱਠੇ ਹੋਏ ਆ। ਸਾਰੀ ਰਾਤ ਦਾ ਹੀ ਇਹ ਪ੍ਰੋਗਰਾਮ ਹੈ, ਸਾਰਿਆਂ ਦੇ ਪ੍ਰੇਮ ਨਾਲ ਬਹਿ ਕੇ ਇਹ ਭਾਸ਼ਣ ਸੁਣੋ, ਜੋ ਜੋ ਵੀ ਜੋ ਸੀ ਸੁਣੋ, ਪ੍ਰੇਮ ਕਰਕੇ ਗ੍ਰਹਿਣ ਕਰੋ। ਸਾਨੂੰ ਇਹ ਕੀ ਵਾਰ ਸਵਾਮੀ ਜੀ ਦਾ ਹੁਕਮ ਹੈ ਕਿ ਭਾਗਵਤ ਦੀ ਕਥਾ, ਭਾਗਵਤ ਦੀ ਕਥਾ ਕਲਿਆਣ ਰੂਪੀ ਹੈ। ਰਾਜਾ ਪ੍ਰੀਖਸ਼ ਨੂੰ ਸੁਖਦੇਵ ਸਵਾਮੀ ਨੇ ਸੁਣਾਈ ਹੈ ਕਿ ਆ ਰਾਜ, ਤੈਨੂੰ ਸਰਬ ਰਸਮ ਦਾ ਸ਼ੌਕ ਹੈ, ਤੇਰਾ ਨਿਰਵਤ ਕਰਾਂ। ਬਾਕੀ ਜ਼ਿਆਦਾ ਫਲਾਅ ਕਰੀਏ ਗੱਲ ਦਾ ਤਾਂ ਵੱਧ ਜਾਂਦੀ ਹੈ ਕਿ ਉਸ ਨੇ ਪਾਂਡੂ ਜਦੋਂ ਹਿਮਾਲਿਆ ਪਰਬਤ ਨੂੰ ਜਾਣ ਲੱਗੇ, ਪ੍ਰੀਖਸ਼ ਉਹਨਾਂ ਦਾ ਪੁੱਤਰ ਹੈ ਕਿ ਅਰਜੁਨ ਦਾ ਅਭਿਮਨੂ, ਅਭਿਮਨੂ ਦਾ ਪ੍ਰੀਖਸ਼, ਪ੍ਰੀਖਸ਼ ਦਾ ਜਨਮੇਜਾ, ਜਨਮੇਜੇ ਸੇ ਵਜਰ ਨਾਲ ਹੋਇਆ ਜਿੱਦਾਂ ਪਾਂਡਵਾਂ ਦੀ ਵੰਸ਼ ਨਹੀਂ ਗਿਲੀ। ਤਾਂ ਪ੍ਰੀਖਸ਼ ਨੂੰ ਪੁੱਛਣ ਲੱਗੇ, ਬੇਟਾ ਧਰਮ ਪੁੱਤਰ ਕਹਿਣ ਲੱਗਿਆ, ਅਸੀਂ ਹਿਮਾਲਿਆ ਪਰਬਤ 'ਤੇ ਜਾ ਰਹੇ ਹਾਂ, ਅਸੀਂ ਆਪਦੇ ਸਰੀਰ ਛੱਡਦੇ ਹਾਂ, ਜੇ ਤੂੰ ਸਾਡੇ ਨਾਲ ਕੋਈ ਬ੍ਰਹਮ ਦੀ ਪ੍ਰਾਪਤੀ ਕਰਨੀ ਹੈ, ਸਰੀਰ ਨੂੰ ਨਾਸ ਸਮਝਣਾ ਤਾਂ ਚੱਲ, ਜੇ ਤੂੰ ਰਾਜ ਤਿਲਕ ਲੈਣਾ ਤਾਂ ਰਾਜ ਕਰ। ਉਹਦਾ ਮਹਾਰਾਜ, ਮੈਂ ਤੁਹਾਡੇ ਸਾਥ ਚੱਲਦਾ, ਇਹ ਤਾਂ ਸੰਸਾਰ ਝੂਠਾ ਹੈ, ਪਰ ਮੈਂ ਉਹ ਪੁੱਛਦਾ ਵੀ ਤੁਸੀਂ ਬੜੀ ਤਕਲੀਫ਼ ਪਾਈ, ਬੜੇ ਬੰਨ ਕੱਟੇ, ਕਿਸੇ ਦੇ ਨੌਕਰ ਰਹੇ, ਹੁਣ ਤੁਹਾਡਾ ਰਾਜ ਕਰਨ ਦਾ ਸਮਾਂ ਆਇਆ, ਤੁਸੀਂ ਵੈਸੇ ਹੀ ਬ੍ਰਹਮ ਵਿਚਾਰ ਸੇ ਜਾ ਰਹੇ ਹੈ ਜਾਂ ਕਿਸੇ ਤਕਲੀਫ਼ ਨਾਲ ਜਾ ਰਹੇ? ਧਰਮ ਪੁੱਤਰ ਜੀ ਕਹਿੰਦਾ, ਬੇਟਾ ਇਸਨੇ ਦੋ ਰਹੱਸ਼ ਹੈ, ਦੋ ਕਾਰਨ ਹੈ। ਇੱਕ ਤਾਂ ਅਸੀਂ ਵੈਸੇ ਜਾ ਰਹੇ ਹਾਂ ਕਿ ਅਰਜੁਨ ਦੀ ਨਰਾਦਰੀ ਭੀਲਾਂ ਨੇ ਕਰੀ, ਇਹਨਾਂ ਸ਼ੂਰਮਿਆਂ ਨੇ ਬੜੇ ਬੜੇ ਕਾਰਜ ਕਰੇ, ਇਹਨਾਂ ਦੀ ਬਦਨਾਮੀ ਨਾ ਹੋ ਜਾਏ, ਕਲਯੁਗ ਚੜ੍ਹਨ ਵਾਲਾ ਹੈ, ਕਲਯੁਗ ਨੇ ਅਰਜੁਨ ਦੀ ਨਰਾਦਰੀ ਕਰੀ, ਕਿਸੇ ਨੂੰ ਇਸ ਬਾਤ ਦਾ ਪਤਾ ਹੈ, ਕਿਸੇ ਨੂੰ ਨਹੀਂ ਪਤਾ, ਅਸੀਂ ਸਰੀਰ ਛੱਡਣਾ ਚਾਹੁੰਦੇ ਹਾਂ। ਬਾਕੀ ਫਿਰ ਜਿਹੜਾ ਸਰੀਰ ਹੈ ਇਹਦਾ ਰਹਿਣ ਵਾਲੀ ਵਸਤੂ ਨਹੀਂ ਹੈ, ਤੂੰ ਵੇਖਦਾ ਕਿਵੇਂ ਕਰਨਾ? ਉਹ ਕਹਿੰਦਾ, ਮਹਾਰਾਜ ਮੈਂ ਤੁਹਾਨੂੰ ਪੁੱਛਦਾ, ਐਡੇ ਬ੍ਰਹਮਚਾਰੀ, ਐਡੇ ਤੁਸੀਂ ਤਪੱਸੀ, ਐਡੇ ਤੁਸੀਂ ਬਲੀ, ਇੱਕ ਕਲਯੁਗ ਤੋਂ ਡਰਦੇ ਹੋਏ ਤੁਸੀਂ ਸੰਦੇ ਹਿਮਾਲਿਆ ਪਰਬਤ ਦੇ ਬਰਫ਼ ਦੇ ਪਹਾੜ 'ਚ ਨਿਕਲਣ ਵਾਸਤੇ ਜਾ ਰਹੇ, ਪਰ ਮੈਂ ਜਾਣਾ ਤੁਹਾਡੇ ਸਾਥ ਸੀ, ਮੈਨੂੰ ਇਹ ਅਭਿਲਾਸ਼ਾ ਹੈ
ਮੈਂ ਕੱਲ ਜੋ ਦੇਖਣਾ ਚਾਹੁੰਦਾ ਵੀ ਕਿਤਨੀ ਸ਼ਕਤੀ ਆ, ਕਿਹੋ ਜਿਹਾ ਉਹਦਾ ਸਰੂਪ ਹੈ। ਵਾਹਦਾ ਬੇਟਾ ਚੰਗਾ ਰਾਜ ਤਿਲਕ ਲੈ ਲਾ, ਤੈਨੂੰ ਕੱਲ ਜੀ ਦਾ ਪਤਾ ਲੱਗੇ ਜਾਂ ਪਾਂਡੂ ਹਿਮਾਲਿਆ ਨੂੰ ਚਲੇ ਗਏ। ਤਾਂ ਪ੍ਰੀਖਸ ਨੂੰ ਦੱਸਿਆ ਸੀ ਦਿਨ ਵੀ ਇਸ ਦਿਨ ਤੋਂ ਕੱਲ ਜੁਗ ਚਾਲੂ ਹੋ ਜਾਊ। ਉਹ ਪ੍ਰਿਥਵੀ ਦੀ ਪ੍ਰਕਰਮਿਆ ਕਰਨ ਲੱਗਿਆ, ਤਾਂ ਜਿਹੜੀ ਪ੍ਰਿਥਵੀ ਆ ਉਹ ਗਊ ਰੂਪ ਹੋ ਕੇ ਧਰਮ ਹੈ, ਜਿਹੜਾ ਬੈਲ ਰੂਪ ਹੋ ਕੇ ਕਲਾ ਰਿਹਾ ਗਊ ਹੈ। ਪ੍ਰਿਥਵੀ ਆ ਗਊ ਨੂੰ ਪੁੱਛਿਆ, ਬੈਲ ਨੂੰ ਪੁੱਛਿਆ ਮੈਂ ਧਰਮ ਹੈ। ਉਹ ਕਾਲੇ ਪੁਰਸ਼ ਨੂੰ ਪੁੱਛਿਆ, ਉਹਦਾ ਮੇਰਾ ਨਾਮ ਤੋਂ ਕੱਲ ਜੁਗ ਹੈ। ਉਹਦਾ ਸੀ ਮੇਰੇ ਦਾਦੇ ਪੜਦਾਦੇ ਤੈਥੋਂ ਡਰਦੇ ਹਿਮਾਲਿਆ ਪਰਬਤ ਨੂੰ ਚਲੇ ਗਏ, ਇਸ ਵਾਸਤੇ ਜਹਾਂ ਤੱਕ ਹਮਾਰਾ ਰਾਜ ਹੈ ਨਿਕਲ ਜਾ। ਐਸਾ ਸ਼ਕਤੀਵਾਨ ਬਾਦਸ਼ਾਹ ਹੈ ਪ੍ਰੀਖਸ਼। ਉਹ ਕਹਿੰਦਾ ਮਹਾਰਾਜ ਵੈਸੇ ਨਹੀਂ, 32,000 4,32,000 ਵਰਸ਼ ਦੀ ਹਮਾਰੀ ਉਮਰ ਹੈ, ਇਹ ਮੇਰਾ ਸਮਾਂ ਹੈ। ਮੇਰੇ 3 ਭਰਾ ਹੋ ਕੇ ਚਲੇ ਗਏ, ਇਸ ਵਾਸਤੇ ਇੰਨਾ ਟਾਈਮ ਮੈਂ ਬਤੀਤ ਕਰੂੰਗਾ, ਮੈਂ ਜਾ ਨਹੀਂ ਸਕਦਾ, ਮੈਨੂੰ ਹੁਕਮ ਹੈ। ਰੋਹਦਾ ਹੋਰ ਕਾਰਨ ਹੈ, ਜਿੱਥੇ ਤੈਨੂੰ ਮੈਂ ਕਹੂੰਗਾ ਉੱਥੇ ਜਾ, ਰੋਹਦਾ ਕਹਿ ਦਿਓ। ਇਹ ਗੱਲ ਦਾ ਬੜਾ ਫਲਾ ਉਹਨੇ ਦੱਸਿਆ ਵੀ ਕੱਲ ਸਤਯੁਗ ਦੇ ਵਿੱਚ ਐਂ ਜੇ ਖੂਨ ਕਰ ਲੈਂਦਾ ਸਾਰੇ ਇਲਾਕੇ ਨੂੰ ਲੱਗ ਜਾਂਦਾ, ਤ੍ਰੇਤੇ 'ਚ ਕੋਈ ਖੂਨ ਕਰ ਦਿੰਦਾ ਤਾਂ ਸਾਰੇ ਪਿੰਡ ਨੂੰ ਲੱਗ ਜਾਂਦਾ, ਦੁਆਬਰ ਦੇ ਵਿੱਚ ਖੂਨ ਕਰਦਾ ਸਾਰਾ ਟੱਬਰ ਫੜਿਆ ਜਾਂਦਾ, ਅਤੇ ਮੇਰੇ ਵਿੱਚ ਇੱਕ ਗੁਣ ਹੈ ਜੇ ਇਸ ਉਮਰ 'ਤੇ 7 ਵਜੀਏ ਤਾਂ ਇਹਨੂੰ ਪੀੜ ਲੈਂਦੀ ਹੈ, ਸੀਨ ਲੱਗੂ। ਜਿਸ ਨੇ ਕੋਈ ਬਕਰਮ ਕਰਿਆ ਉਹ ਵੀ ਫੜਿਆ ਜਾਊ, ਬੜੇ ਗੁਣ ਦੱਸੇ ਵਿਸਤਾਰ ਹੈ। ਪਰ ਉਹਦਾ ਨਹੀਂ, ਮੈਂ ਨਹੀਂ ਸਮਝਦਾ, ਜਿੱਥੇ ਮੈਂ ਕਹੂੰ ਉੱਥੇ ਰਹਿ। ਉਹਦਾ ਜੀ ਦੱਸੋ, ਇੱਕ ਤੋਂ ਕਹਿਣ ਲੱਗਿਆ ਬੇਸਵਾ ਦੇ ਕਰੇ, ਇਹ ਕਸਾਈ ਦੇ ਕਰੇ, ਇਹ ਕਰਾਲ ਦੇ ਕਰੇਗਾ ਸ਼ਰਾਬ ਵੇਚਦਾ। ਤਾਂ ਕੱਲ ਵੀ ਕਹਿੰਦਾ ਤਿੰਨੇ ਚੀਜ਼ਾਂ ਨਿਸ਼ਿਧ ਦੇਤੀਆਂ, ਇੱਕ ਵਸਤੂ ਕੋਈ ਚੰਗੀ ਬਾਦਸ਼ਾਹ ਰਹਿਣ ਵਾਸਤੇ ਦੇਵੇ, ਉਹਦਾ ਚੰਗਾ ਇੱਕ ਸਵਰਣ ਦੇ ਵਿੱਚ ਰਹਿ ਪਿਆ, ਇਸ ਤੋਂ ਬਾਅਦ ਚਾਹਾਂ ਕੀ ਜਤ ਨਾ ਜਾਏ। ਤਾਂ ਬਾਦਸ਼ਾਹ ਨੇ ਮੁਕਤ ਲਾ ਕੇ ਰੱਖਤਾ ਵੀ ਕਲਯੁਗ ਦਾ ਵਾਸਾ ਹੈ, ਜੈਨੀ ਹੋ ਗਿਆ, ਮੁਖ ਤੇ ਪੱਟੀ ਬਣ ਲਈ ਵੀ ਮੂੰਹ ਦੇ ਵਿੱਚੋਂ ਐਸੀ ਹਵਾ ਨਿਕਲੀਏ ਕਿ ਪਰਮਾਣੂ ਮਰ ਜਾਂਦੇ। ਪ੍ਰਿਥਵੀ ਦੇ ਜੰਤੂ ਵੇਖ ਕੇ ਚੱਲਣ ਲੱਗਿਆ, ਜਿਹੜੇ ਵਿਕਾਰ ਕਲਯੁਗ ਨੇ ਕਹੇ ਸੀ ਉਹ ਸਾਰੇ ਉਸਨੇ ਛੋੜ ਦਿੱਤੇ। ਤਾਂ ਚਿਰ ਹੋ ਗਿਆ, ਸ਼ਿਕਾਰ ਫਿਰ ਨੂੰ ਹਟ ਗਿਆ, ਕਿਤੇ ਭੁੱਲ ਕੇ ਸਵਾਲਾਂ ਦਾ ਮੁੱਖ ਸਿਰ 'ਤੇ ਤਰ ਬੈਠਾ, ਤਾਂ ਉਹਦੇ ਵਿੱਚ ਕਲਯੁਗ ਵੜ ਗਿਆ ਕਿ ਮੱਛਰ ਦਾ ਰੂਪ ਧਾਰ ਕੇ। ਬਾਦਸ਼ਾਹ ਦੀ ਐਸੀ ਜਿਹੀ ਪ੍ਰੇਰੀ ਵੀ ਕੋਈ ਯੋਗੀਆਂ ਦੀ ਤਾਂ ਬ੍ਰਾਹਮਣਾਂ ਦੀ ਤਰ੍ਹਾਂ ਬਾਦਸ਼ਾਹ ਕੋਲ ਬੈਠ ਰਹੇ ਹੈ, ਤੇਰਾ ਹੱਥਨੀ ਸ਼ਿਕਾਰ ਖੇਲਣ ਵਾਸਤੇ ਚੱਲ। ਜਿਹੜੇ ਨਾਲ ਦੇ ਪ੍ਰਮਾਦੀ ਲੋਕ ਮਾਸ ਖਾਣ ਵਾਲੇ ਹਟਾਏ ਸੀ, ਉਹ ਤਾਂ ਸਮਾਂ ਭਾਲਦੇ ਸੀ, ਬਾਦਸ਼ਾਹ ਸ਼ਿਕਾਰ ਨੂੰ ਚਲੇ ਗਿਆ, ਨਾਲ ਉਸਦੇ ਪ੍ਰਮਾਦੀ ਚੜ ਗਏ, ਤਾਂ ਸ਼ਿਕਾਰ ਮਾਰਦੇ ਜੰਤੂ ਮਾਰਦੇ ਕਿੱਥੇ ਆ ਗਏ, ਤ੍ਰਿੰਗੀ ਰਿਸ਼ੀ ਦੇ ਅਸਥਾਨ ਦੇ ਉੱਤੇ ਆਏ, ਜਿਸ ਨੂੰ ਦਹੇਕੀ ਵੀ ਕਹਿੰਦੇ। ਤ੍ਰਿੰਗੀ ਰਿਸ਼ੀ ਦੇ ਅਸਥਾਨ ਦੇ ਉੱਤੇ ਆ ਕੇ ਉਹ ਪ੍ਰਾਣਾਯਾਮ ਕਰਕੇ ਯੋਗੀ ਆਪਦੇ 10ਵੇਂ ਦੁਆਰ ਸਵਾਸ ਚਾੜੀ ਬੈਠਾ ਸੀ। ਉਹ ਬਾਦਸ਼ਾਹ ਨੇ ਕਲਯੁਗ ਦੇ ਪ੍ਰੇਰੇ ਨੇ ਕਿਹਾ, ਓ ਬ੍ਰਾਹਮਣ, ਅਸੀਂ ਤੁਹਾਰੇ ਦੁਆਰੇ ਉੱਤੇ ਆਏ, ਸਾਨੂੰ ਤਿਰਖਾ ਲੱਗੀ ਹੈ, ਜਲ ਪਲਾ। ਪਰ ਉਹਦੇ ਪ੍ਰਾਣ ਤੋਂ ਕਹਾਂ ਚੱਲ ਰਹੇ ਸੀ, ਉਹ ਬੋਲਿਆ ਨਾ। ਬਾਦਸ਼ਾਹ ਕਲਯੁਗ ਦਾ ਪ੍ਰੇਰਿਆ ਕਹਿੰਦਾ, ਉਹ ਨੌਕਰੋ ਕੈਸਾ ਦੰਭੀ ਬ੍ਰਾਹਮਣ, ਦੰਭੀ ਕਹਿੰਦੇ ਛੜੀਏ ਨੂੰ, ਕੈਸਾ ਛੜੀਆ, ਕੈਸਾ ਦੰਭੀ ਹੈ। ਇਹ ਕਹਿੰਦਾ ਕੋਈ ਬਾਦਸ਼ਾਹ ਮੇਰੇ ਦੁਆਰੇ 'ਤੇ ਆਇਆ, ਐਸਾ ਨਾ ਹੋਵੇ ਮੈਂ ਨਾ ਬੋਲਾਂ ਮੇਰੀ ਪੂਜਾ ਕਰੇ, ਇਸ ਲਈ ਗੱਲ ਨੇ ਮਰਦਾ ਕਰਨੀ ਚਾਹੀਦੀ, ਜਾਓ ਕੋਈ ਨਵੇਂ ਹੈ ਤਾਂ ਵੇਖੋ। ਇੱਕ ਨਾ ਕੋਈ ਕਹਿੰਦਾ ਜੀ ਕੱਲ੍ਹ ਦਾ ਕੁੱਟਿਆ ਹੋਇਆ ਕਿਸੇ ਦਾ ਸੱਪ ਸਿੱਟਿਆ ਪਿਆ, ਉਹਦਾ ਲਿਆਓ। ਉਹ ਸਰਸ ਲੈਂਦਾ ਸੜਿਆ ਹੋਇਆ, ਧਰਸ ਦੀ ਲੋਕ ਨਾਲ ਚੱਕ ਕੇ ਰਾਜਾ ਪ੍ਰੀਖਸ ਨੇ ਉਸ ਰਿਸ਼ੀ ਦੇ ਗਲ 'ਚ ਪਾਇਆ, ਉਹਨੂੰ ਕੋਈ ਪਤਾ ਨਹੀਂ ਚਲਿਆ ਗਿਆ। ਇਹ ਨੇ ਸ੍ਰਿੰਗੀ ਉਹਦਾ ਚੇਲਾ ਆਇਆ, ਉਹਨੇ ਦੇਖਿਆ ਵੀ ਮੇਰੇ ਗੁਰੂ ਦੇ ਗਲ ਦੇ ਵਿੱਚ ਐਸੀ ਮਰਾਰ ਪਾਉਣ ਡਾਲ ਗਿਆ, ਰੋਣ ਲੱਗਿਆ। ਜਦੋਂ ਰੋਣ ਲੱਗਿਆ ਉਸ ਰਿਸ਼ੀ ਦੇ ਪ੍ਰਾਣ ਉਤਰਾਏ, ਤਾਂ ਉਹ ਸ੍ਰਿੰਗੀ ਨੇ ਸ਼ਰਾਪ ਦਿੱਤਾ ਕਿ ਜਿਹੜਾ ਮੇਰੇ ਗੁਰੂ ਦੇ ਗਲ ਦੇ ਵਿੱਚ ਸੱਪ ਮਰਿਆ ਪਾ ਕੇ ਗਿਆ, ਅੱਜ ਤੋਂ 7 ਨੂੰ ਇਹੋ ਹੀ ਸਰਪੋਸ਼ ਨੂੰ ਦੱਸਦਾ।
ਤਾਂ ਪ੍ਰਿੰਗੀ ਕਹਿੰਦਾ ਬੇਟਾ ਤੂੰ ਕੋਈ ਸ਼ਰਾਪ ਤਾਂ ਨਹੀਂ ਦਿੱਤਾ? ਮਹਾਰਾਜ ਸ਼ਰਾਪ ਹੋ ਗਿਆ ਕੀ ਕਹਿਤਾ ਵੀ ਜਿਹੜਾ ਕੋਈ ਵੀ ਪਾ ਕੇ ਗਿਆ ਤੇਰੇ ਗਲ 'ਚ ਸਰਪ ਮਰਿਆ ਉਹ ਅੱਜ ਤੋਂ 7 ਦਿਨਾਂ ਨੂੰ ਤੇ ਉਹੀ ਸਰਪ ਉਸਨੂੰ ਦੱਸ ਲਈ। ਤਾਂ ਪ੍ਰਿੰਗੀ ਕਹਿੰਦਾ ਬੇਟਾ ਉਹ ਤਾਂ ਪਾਂਡਵਾਂ ਦੀ ਕੁਲ ਦਾ ਰਾਜਾ ਪ੍ਰੀਖਿਤ ਬੜਾ ਪ੍ਰਬੰਧ ਕਲ ਜਗ ਦਾ ਪ੍ਰੇਰਿਆ ਹੋਇਆ ਕੰਮ ਕਰ ਗਿਆ, ਇਹ ਸ਼ਰਾਪ ਨਹੀਂ ਦੇਣਾ ਸੀ। ਉਹ ਕਹਿੰਦੇ ਜੀ ਸ਼ਰਾਪ ਵਾਲਾ ਤੀਰ ਆ ਜਿਹੜਾ ਇਹ ਮੁੜ ਕੇ ਚੱਲ ਜੇ ਦੁਬਾਰਾ ਪੱਥੇ 'ਚ ਨਹੀਂ ਆਉਂਦਾ, ਜਿਹੜਾ ਸ਼ਰਾਪ ਹੈ ਇਹਨੇ ਮੁੜਦਾ ਛੇਤੀ ਛੇਤੀ ਕੋਈ ਤਪੱਸਿਆ ਕਰੇ ਵੀ ਸੇਵਾ ਕਰੇ ਫਿਰ ਗਾਉਂ ਦੇ ਮੂੰਹ 'ਚ ਬਚਣ ਲੱਗੇ। ਚੰਗਾ ਜੇ ਸ਼ਰਾਪ ਹੋ ਗਿਆ ਸਰਪ ਦਾ ਦੱਸਿਆ ਅਵਗਤ ਹੋ ਕੇ ਮਰ ਜਾਂਦਾ ਹੈ, ਜਾਓ ਆ ਜਾ ਪ੍ਰੀਖਸ ਨੂੰ ਦੱਸ ਕੇ ਆਓ। ਕੂਰਮ ਕਲਾਵੇ ਭਾਗਵਤ ਨੇ ਲਿਖਿਆ ਕੂਰਮ ਕਲਾਵੇ ਚੇਲਾ ਸੀ ਪ੍ਰਿੰਗੀ ਦਾ, ਉਹਨੂੰ ਕਿਹਾ ਵੀ ਤੂੰ ਦੱਸ ਕੇ ਆ। ਬਾਦਸ਼ਾਹ ਨੇ ਜਦੋਂ ਮੁਕਲਾ ਸਿਰ ਤੋਂ ਤਾਂ ਉਸਨੂੰ ਗਿਆਨ ਆ ਵੀ ਉਹ ਸਹੁਰਾ ਐਸਾ ਮਹਾਰਿਸ਼ੀ ਇਹਨੇ ਗਿਨੌਲ ਮਾਰੀ ਉਹਦੀ ਨਰਾਜ਼ੀ ਕਰਕੇ ਆ ਉਹਦੇ ਗਲ 'ਚ ਸਰਪ ਮਰਿਆ ਪਾਇਆ ਗਿਆ ਤੇਰੀ ਇਹ ਵਿਗਿਆ ਹੈ ਚੱਲ ਆਪ ਸ਼ਰਾਪ ਲਵਾਂਗੇ। ਉਧਰੋਂ ਪ੍ਰੀਖਸ ਆ ਰਿਹਾ ਉਧਰੋਂ ਕੂਰਮਕ ਜਾ ਰਿਹਾ, ਕੂਰਮਕ ਨੇ ਪੁੱਛਿਆ ਰਾਜਨ ਤੈਨੂੰ ਸ਼ਰਾਪ ਹੋ ਚੁੱਕਾ ਕਿਹਦਾ? ਸ੍ਰਿੰਗੀ ਦਾ। ਅੱਜ ਤੋਂ ਤੈਨੂੰ 7 ਦਿਨ ਉਹ ਸਰਪ ਦੱਸੇਗਾ ਜਿਹੜਾ ਸਾਡੇ ਗੁਰੂ ਦੇ ਗਲ 'ਚ ਪਾ ਗਿਆ। ਆਹ ਸਰਪ ਦਾ ਮਾਰਿਆ ਆਪਦਾ ਹੋ ਕੇ ਮਰ ਜਾਂਦਾ ਨਰਕ ਲੋਕ ਨੂੰ ਜਾਂਦਾ ਕੋਈ ਆਪਦਾ ਕਲਿਆਣ ਦਾ ਅਪਾਕ ਆ। ਤਾਂ ਫਿਰ ਰਾਜਾ ਪ੍ਰੀਖਸ ਨੇ ਹਰਦੁਆਰ ਦੇ ਉੱਤੇ ਮਹਾਰਿਸ਼ੀ ਇਕੱਠੇ ਕਰੇ, ਗੌਤਮ ਅਤਰੀ ਵਿਸ਼ੇਸ਼ ਦੱਤਾਤ੍ਰੈ ਭਾਰਦਵਾਜ ਸਿੰਘ ਆਦਿ ਜਿਤਨੇ ਮਹਾਰਿਸ਼ੀ ਸੀ ਇਕੱਠੇ ਕਰਕੇ ਉਹਨਾਂ ਦੇ ਚਰਨਾਂ 'ਤੇ ਗਿਰਿਆ। ਮਹਾਰਾਜ ਮੇਰੀ ਕੋਈ ਮੁਕਤੀ ਦਾ ਉਪਾਅ ਕਰੋ, ਮੇਰੇ ਪਾਸੋਂ ਕੋਈ ਐਸਾ ਅਨੁਸ਼ਠਾਨ ਕਰਾਓ ਜਾਂ ਯੱਗ ਕਰਾਓ ਹਮਾਰੀ ਮੁਕਤੀ ਹੋਏ। ਆ ਗਿਆ ਸਵਾਮੀ ਸੁਖਦੇਵ ਸੁਖਦੇਵਣੇ ਨੂੰ ਮਹਾਂ ਦੇ ਤਪੀਸ਼ ਕਰਨ ਦੀ ਤਿਆਰੀ। ਸੁਖਦੇਵ ਸਵਾਮੀ ਜੀ ਫਿਰ ਨਾਰਦੀ ਲਿਆਏ, ਉਹਦੇ ਚਰਨਾਂ 'ਤੇ ਰਾਜਾ ਗਿਰਦਾ। ਉਹ ਰਾਜਨ ਤੈਨੂੰ ਸਰਪ ਦਸੇ ਦਾ ਸ਼ੋਕ ਹੈ, ਹਮਾਰੇ ਪਾਸ ਐਸੀ ਕਥਾ ਹੈ ਕਲਿਆਣ ਰੂਪੀ। ਭਾਗਵਤ 7 ਦਿਨਾਂ 'ਚ ਸੁਣਾਇਆ ਜਾਂਦਾ ਨਾ, ਅੱਗੇ ਤਾਂ 7 ਦਿਨਾਂ 'ਚ ਵੰਝ ਕੱਢ ਲੈਂਦੇ ਉਹ ਬ੍ਰਾਹਮਣ 7 ਪੂਰੀਆਂ ਵਾਲਾ ਉਸ ਪ੍ਰੇਤ ਨੂੰ ਪਹਿਲੇ ਮੰਤਰਾਂ ਦੀ ਜਿਹੜੀ ਪਹਿਲਾਂ ਪੂਰੀ 'ਚ ਪਾ ਲੈਂਦੇ, ਜਦੋਂ ਅਗਲੇ ਦਿਨ ਦੀ ਕਥਾ ਉਹਦੀ ਪੂਰੀ ਟੁੱਟ ਜਾਂਦੀ ਹੇਠਲੀ ਪੂਰੀ 'ਚੋਂ ਪ੍ਰੇਤ ਆ ਜਾਂਦਾ। 7 ਦਿਨਾਂ ਮਗਰ ਉਹ ਸਾਰਿਆਂ ਨੂੰ ਸਰੂਪ ਵਿਖਾ ਕੇ ਦੇਵਤਾ ਬਣ ਕੇ ਫਿਰ ਜਾਂਦਾ। ਐਸੀ ਕਲਿਆਣ ਰੂਪੀ ਕਥਾ ਹੈ ਰਾਜਨ, ਮੈਂ ਤੈਨੂੰ ਉਹ ਸੁਣਾ ਰਿਹਾ। ਭਾਗਵਤ ਕੇ 12 ਸੁਗੰਧ ਹੈ, ਬੜੀ ਵਿਲੱਖਣ ਵਿੱਚ ਲੀਲਾ ਆਉਂਦੀ ਹੈ, ਬੜੇ ਬੜੇ ਰਾਜੇ ਆਉਂਦੇ ਹੈ, ਬੜੀ ਬੜੀ ਕਲਿਆਣ ਰੂਪੀ ਕਥਾ ਆਉਂਦੀ। ਰਾਜ ਮੈਂ ਤੈਨੂੰ ਕਥਾ ਸੁਣਾ ਰਿਹਾ ਕਿ ਨਾਮ ਸੇ ਕਮਲ, ਕਮਲਾ ਸੇ ਬ੍ਰਹਮਾ, ਬ੍ਰਹਮਾ ਸੇ ਕਛਵ, ਕਛਵ ਸੇ ਹਿਰਣ ਕਛਵ, ਹਿਰਣ ਕਛਵ ਸੇ ਪ੍ਰਹਲਾਦ, ਪ੍ਰਹਲਾਦ ਸੇ ਬਹਿਰੋਚਨ, ਬਹਿਰੋਚਨ ਸੇ ਬਲੀ, ਬਲੀ ਸੇ ਬਾਣਸੁਰ। ਇਹ ਰਾਜਨ 10ਵੇਂ ਸੁਗੰਧ ਦੀ ਕਥਾ ਹੈ, ਬੜੀ ਵਿਲੱਖਣ। ਨਾਭ ਕਮਲ ਤੋਂ ਲੈ ਕੇ ਉਹਦਾ ਤਾਤਰਾ ਸੁਖਦੇਵ ਸਵਾਮੀ ਰਾਜਾ ਪ੍ਰੀਖਸ ਨੂੰ ਕਹਿ ਰਿਹਾ, ਉਹਨਾਂ ਦੀ ਬੰਸਾਵਲੀ ਦੱਸਦਾ ਦੇਖਾਂ ਭਲਾ ਕਹਿ। ਸੁਣ ਰਿਸ਼ੀਆਂ ਦੀ ਬਾਤ ਗਾ, ਚਰਨੀ ਗਿਰ ਗਿਆ ਬੂਬਾ, ਮੁਗਤ ਕਰੋ ਮਮ ਰਿਸ਼ੀ ਜੀ ਤੁਮ ਈਸ਼ਵਰ ਕਾਰੂਬਾ। ਮੰਨ ਲਈ ਅਰਜ ਦੁਖੀਏ ਨਰੇਸ਼ ਦੀ ਵੀ ਜਦੋਂ ਪਾਏ ਕੀਰ ਨੇ, ਪਹਿਲਾਂ ਫੇਰ ਕੀਤੀ ਉਹ ਸਤੀ ਗਣੇਸ਼ ਦੀ ਮਸਤ ਫਕੀਰ ਨੇ। ਹੋ ਜਾਂਗਾ ਮਾਰੇ ਜੇ ਕਥਾ ਜਵਾਮੀਆਂ ਮਨਾਈ ਕੁਛ ਰਾਤ ਨੂੰ, ਕਾਕਾ ਕੋ ਸਮਾਉਂਦੇ ਸੁਖਦੇਵ ਸਵਾਮੀ ਹੈ ਆਪ ਮੈਨੂੰ ਦੱਸ ਲੋ। ਉਹ ਦਿਲ ਵਿੱਚ ਧਰ ਲੈ ਧਿਆਨ ਰਾਜ ਨਾਮ ਨਿਰੰਕਾਰ ਜੋਤ ਜੋ,
ਫਿਰ ਤੇਰੀ ਕਰ ਤੂੰ ਕਲਿਆਣ ਰਾਜ ਨਾ ਕਥਾ ਦੀ ਸਰੋਤ ਜੋ ਉਹ ਮੋਗ ਤੀਣ ਪਾਉਂਦਾ ਜੋ ਪੁਰਸ਼ ਕਾਮੀ ਹੈ ਬਜੇ ਨਗਾਰੀ ਰਾਤ ਨੂੰ ਕਥਾ ਕੋ ਸੁਣਾਉਂਦੇ ਸ਼ੁਕ ਦੇਵ ਸਵਾਮੀ ਹੈ ਆਪ ਮਨੂ ਦਾਤ ਨੂੰ ਬਾਲਮ ਚੱਲ ਜੇ ਰੱਖ ਕਹਿਣ ਦਾ ਮੁਨੀ ਸੱਤ ਦਿਨ ਵਾਸਤੇ ਮੈਂ ਵੀ ਇਹ ਕਥਾ ਭੋਲੇ ਨਾਥ ਤੋਂ ਸੁਣੀ ਬੈਠ ਕੇ ਕਲਾਸ ਤੇ ਉਹ ਜਿਹੜਾ ਬੇਰੂ ਉਹਦੀ ਪੱਗ ਦੀ ਦੁਕਾਮੀ ਹੈ ਨਾ ਪੁੱਛ ਜਾਤ ਬਾਤ ਨੂੰ ਕਥਾ ਕੋ ਸੁਣਾਉਂਦੇ ਸ਼ੁਕ ਦੇਵ ਸਵਾਮੀ ਹੈ ਆਪ ਮਨੂ ਦਾਤ ਨੂੰ ਉਹ ਰਹੇ ਮੰਦੇ ਨੇ ਵਿੱਚ ਸ਼ੀਰ ਦੇ ਕੁਮਾਰ ਦੇਵ ਜਿਹੜੇ ਲਕਸ਼ਮੀ ਪਤੀ ਦੁਸ਼ਤਾਂ ਨੂੰ ਮਾਰ ਭਗਤਾਂ ਨੂੰ ਤਾਰ ਦੇ ਦੇਰ ਲਾਉਂਦੇ ਨੀ ਰਤੀ ਨਹੀਂ ਹੋਰ ਕੋਈ ਜੀ ਉਹਨਾਂ ਦੇ ਸ਼ਾਮੀਆਂ ਵਖਾਉਂਦੇ ਤਾਰਾ ਮਾਤ ਨੂੰ ਕਥਾ ਕੋ ਸੁਣਾਉਂਦੇ ਸ਼ੁਕ ਦੇਵ ਸਵਾਮੀ ਹੈ ਆਪ ਮਨੂ ਦਾਤ ਨੂੰ ਕਮਲ ਕਮਲਾਂ ਸੇ ਬਰਮਾ ਬ੍ਰਹਮਾ ਸੇ ਕਸਬ ਜਿੱਥੋਂ ਫੇਰ ਹੋ ਗਈ ਬਨਸ ਸ਼ਰਮਾ ਸ਼ਾਂਤੀ ਬਸ ਬਹਾਰ ਤੂੰ ਲਗਾ ਕੇ ਬਣੇ ਰਾਮ ਨਾਮੀ ਆਏ ਉੱਠ ਕੇ ਬਰਾਤ ਨੂੰ ਕਥਾ ਕੋ ਸੁਣਾਉਂਦੇ ਸ਼ੁਕ ਦੇਵ ਸਵਾਮੀ ਹੈ ਜੀ ਆਪ ਮਨੂ ਦਾਤ ਨੂੰ ਕਸਬ ਸੇ ਹੋਏ ਪਹਿਲਾਂ ਸਸੀ ਤੇ ਰਵੀ ਨਾਲੇ ਰਾਕਸ਼ ਵੀ ਹੈ ਬਰਮਾ ਦੇ ਕੋਲੋਂ ਵਾਰ ਲੈ ਗਿਆ ਸੀ ਸਭੀ ਹਰ ਨਾ ਕਿਸੇ ਵੀ ਹੈ ਉਹ ਨਾਰ ਸਿੰਘ ਹੋ ਕੇ ਮਾਰਤਾ ਹਰਾਮੀ ਹੈ ਉਹ ਪਾੜਤਾ ਸਿੰਘਾਤ ਨੂੰ ਕਥਾ ਕੋ ਸੁਣਾਉਂਦੇ ਸ਼ੁਕ ਦੇਵ ਸਵਾਮੀ ਹੈ ਆਪ ਮਨੂ ਦਾਤ ਨੂੰ ਉਸ ਦਾ ਪੁੱਤਰ ਅੱਗੇ ਪ੍ਰਹਲਾਦ ਜੀ ਪ੍ਰਹਲਾਦ ਸੇ ਬਰੋਚਨ ਬਰੋਚਨ ਦਾ ਬਲੀ ਸੁਰਾਂ ਸੇ ਬਵਾਦ ਸੀ ਕਰੇ ਸੀ ਦੁੱਖ ਮੋਚਨ ਫਿਰ ਬਾਵਨ ਨੇ ਕਰ ਤਾਪ ਦਾ ਲਗਾਮੀ ਹੈ ਸਾਤਾ ਲਾ ਕੇ ਲਾਤ ਨੂੰ ਕਥਾ ਕੋ ਸੁਣਾਉਂਦੇ ਸ਼ੁਕ ਦੇਵ ਸਵਾਮੀ ਹੈ ਜੀ ਆਪ ਮਨੂ ਦਾਤ ਨੂੰ ਉਪਮਾ ਮੈਂ ਕਰਾਂ ਕੀ ਬਲੀ ਦੇ ਨੰਦ ਦੀ ਬਾਣ ਸੁਰ ਨਾਮ ਹੈ ਕਥਾ ਮੈਂ ਸੁਣਾਵ ਦਸਵੀਂ ਸੁਗੰਧ ਦੀ ਬੋਲੋ ਰਾਮ ਰਾਮ ਹੈ ਉਹ ਰਾਮ ਤੋਂ ਬਗੈਰ ਤੇਰਾ ਜਿਹੜਾ ਗਾਮੀਆਂ ਨਾ ਕੋਈ ਪੁੱਛ ਬਾਤ ਨੂੰ ਨਾ ਕੋਈ ਪੁੱਛ ਬਾਤ ਨੂੰ ਕਥਾ ਕੋ ਸੁਣਾਉਂਦੇ ਸ਼ੁਕ ਦੇਵ ਸਵਾਮੀ ਹੈ ਅਬ ਮਨੂ ਦਾਤ ਨੂੰ ਕਥਾ ਕੋ ਸੁਣਾਉਂਦੇ ਸ਼ੁਕ ਦੇਵ ਸਵਾਮੀ ਹੈ ਅਬ ਮਨੂ ਦਾਤ ਨੂੰ ਤਾਤ ਨਾਮ ਹੈ ਲੜਕੇ ਦਾ ਅਬ ਮਨੂ ਦਾ ਲੜਕਾ ਪ੍ਰੀਸ਼ਕ ਉਹਨੂੰ ਸ਼ੁਕ ਦੇਵ ਸਵਾਮੀ ਭਾਗਵਤ ਕਹਿ ਰਹੇ ਹੋਰ ਆ ਜਾਣ ਨਾ ਵੀ ਸੇ ਕਮਲ ਭਗਵਾਨ ਜਦੋਂ ਸ੍ਰਿਸ਼ਟੀ ਲੈ ਹੋ ਜਾਂਦੀ ਫਿਰ ਅਖੀਰ ਸਮੁੰਦਰ ਮੇ ਸੈਨ ਕਰਦੇ ਉਹਨਾਂ ਦੀ ਨਾ ਵੀ ਚੋ ਚੁੰਨੀ ਚੋ ਕਮਲਾਂ ਦੀ ਵੇਲ ਪੈਦਾ ਹੁੰਦੀ ਨਾ ਵੀ ਸੇ ਕਮਲ ਕਮਲਾਂ ਸੇ ਬ੍ਰਹਮਾ ਪਤਾ ਲੱਗਿਆ ਨਾ ਜੇ ਬ੍ਰਹਮਾ ਜੀ ਪੈਦਾ ਹੋਏ ਬ੍ਰਹਮਾ ਸੇ ਕਸ਼ਵ ਕਸ਼ਵ ਸੇ ਹਿਰਣ ਕਸ਼ਵ ਹਿਰਣ ਕਸ਼ਵ ਸੇ ਪ੍ਰਹਲਾਦ ਪ੍ਰਹਲਾਦ ਸੇ ਬੈਰੋਚਨ ਬੈਰੋਚਨ ਸੇ ਬਲੀ ਬਲੀ ਸੇ ਬਾਣਾਸੁਰ ਆਜ ਤੈਨੂੰ ਬਾਣਾਸੁਰ ਦੀ ਕਥਾ ਸੁਣਾਈਏ ਬੜੀ ਬਲਾਚਣ ਬਾਣਾਸੁਰ ਦੀ ਪੁਰੀ ਦਾ ਨਾਮ ਸਰੋਣਪੁਰੀ ਹੈ ਚਾਰ ਚਪੇਰੇ ਸਮੁੰਦਰ ਦੀ ਖਾਈ ਹੈ ਸ਼ਹਿਰ ਦੇ ਦਾਲੇ ਸਵਰਨ ਦਾ ਕੋਟ ਹੈ ਕਲਾਸ ਦੇ ਨਜ਼ਦੀਕ ਹੈ ਸ਼ੰਕਰ ਜੀ ਦਾ ਬਾਣਾਸੁਰ ਭਗਤ ਹੈ ਰੋਜ਼ਾਨਾ ਜਾ ਕੇ ਮਰਤੁੰਜਾ ਮੰਤਰ ਦਾ ਜਾਪ ਕਰਦਾ ਹੈ ਓ ਤ੍ਰਿਅੰਬਕੰ ਜਜਾ ਮਹੇ ਸੁਗੰਧੀ ਪੁਸ਼ਟੀ ਵਰਧਨੰ ਉਰਵਾ ਰੁਕਮੇ ਬੰਦਨਾ ਸਿਮਰਤੇ ਉਰਮੁਖ ਸ਼ਮਾਮਰਤਾ ਇਹ ਸ਼ੰਕਰ ਜੀ ਦਾ ਮੰਤਰ ਬਾਣਾਸੁਰ ਜੀ ਪੜ੍ਹਦੇ ਹੈ ਕਿਤੇ ਕਿਤੇ ਖੁਸ਼ੀ ਦੇ ਵਿੱਚ ਆ ਕੇ ਰਾਗ ਵੀ ਸ਼ੰਕਰ ਜੀ ਨੂੰ ਰਾਗ ਦੇ ਨਾਲ ਜ਼ਿਆਦਾ ਪ੍ਰਸੰਨ ਕਰੀਏ ਕੋਈ ਵਰ ਮੰਗੀਏ ਸਾਜੀਆਂ ਨੂੰ ਲੈ ਕੇ ਕਿਸੇ ਕੋਲ ਗਲਵਾ ਹੈ ਕਿਸੇ ਕੋਲ ਬੀਨ ਹੈ ਕਿਸੇ ਕੋਲ ਬੰਸੀ ਹੈ ਕਿਸੇ ਕੋਲ ਸਤਾਰ ਹੈ
ਸੰਕਟ ਜੀ ਪਾਸ ਡਮਰੂ ਹੈ ਤਾਂ ਸੁਖਦੇਵ ਸਵਾਮੀ ਕਹਿੰਦੇ ਰਾਜਾ ਪ੍ਰੀਸ਼ਦ ਬਾਣਾਸੁਰ ਦੀ ਪੁਰੀ ਦੀ ਉਸਤਤੀ ਕਰਕੇ ਤੈਨੂੰ ਸੁਣਾਵਾਂ ਔਰ ਕਿੱਦਾਂ ਕੁਛ ਸ਼ੰਕਰ ਦਾ ਭਗਤ ਸੀ ਜਾ ਕੇ ਇਸ ਤਰ੍ਹਾਂ ਦੇ ਉਹ ਰਾਗ ਗਾਉਂਦਾ ਹੈ ਸਾਜੀ ਸਾਜ ਗਾਉਂਦੇ ਆ ਤੇ ਸ਼ੰਕਰ ਜੀ ਨੂੰ ਖੁਸ਼ ਕਰਕੇ ਇੱਕ ਬਾਣਾਸੁਰ ਦੀ ਵਾਰ ਮੰਗਦੇ ਆ ਦੇਖਾਂ ਵਾਲਾ ਸਰੋਣਪੁਰ ਕੇ ਬੀਜ ਮੈਂ ਬਾਣਾਸੁਰ ਭੂਪਾਲ ਕਥਾ ਕਹੂੰ ਮੈਂ ਉਸ ਕੀ ਰਾਜਨ ਕਰੀ ਖਿਆਲ ਉਸ ਰੌਣਕਪੁਰੀ ਦੀ ਕਰਨ ਕੀ ਉਸ ਧਰਤੀ ਮੈਂ ਜਿੱਥੇ ਬਾਦਸ਼ਾਹ ਰੋਜ ਬਸਾਮਦਾਇਆਰਨ ਦਾ ਕੋਟ ਪਾਰੀ ਹੀਰੇ ਪੰਨਾ ਦਾ ਅੰਤ ਨਾਮਦਾਏ ਲੱਗੀ ਰਹਿੰਦੀ ਸੀ ਸ਼ੇਪੁਰ ਫੁਲਵਾਰੀਆਂ ਦੀ ਨਿਤ ਸੈਰ ਦੇ ਵਾਸਤੇ ਜਾਮਦਾਇਆ ਰਾਧਾ ਕਾਲ ਜਾਂ ਅਰਜ ਮਾਇਓ ਦੇ ਹੁੰਦਾ ਤੇਜੀ ਨਾਲ ਚਮਕਾਰਿਆਂ ਨੂੰ ਪਾਮਦਾਏ ਰੋਜ ਕਲਾਸ ਤੇ ਜਾਈ ਤੇਰੀ ਕਰਕੇ ਨਿਰਦੈ ਨੂੰ ਖੂਬ ਵਸਾਮਦਾਇਆ ਉਹ ਬਿਨਾ ਬਾਂਸੀ ਸਤਾਰ ਮੈਂ ਮੀਂਡ ਪੈਂਦੀ ਸੰਗੀ ਵੱਜਦੀ ਕਹਿਰ ਲਈ ਆਮਦਾਏ ਉਹ ਵੇਲਾ ਦੋਸ਼ ਤਮੂਰ ਮਰਦੰਗ ਵੱਜੇ ਦਿਲ ਦਿਲ ਰਵਾ ਖੂਬ ਚ ਰਾਮਦਾਇਆ ਜੀ ਕਰ ਲਿਆ ਮਸ ਗਰਾਰੀਆਂ ਨੇ ਪਾਰਵਤੀ ਨੂੰ ਸਾਸਨ ਜਾਮਦਾਏ ਉਹ ਪਰਵਾ ਭੀਮ ਕਲਿਆਣ ਬਿਹਾਗ ਗੌੜੀ ਤਨ ਮਾਰ ਕੇ ਖੂਬ ਵਖਾਮਦਾਇਆ ਸੱਤੀ ਰਾਗਣੀਆਂ ਦੇ ਸੀਏ ਰਾਗ ਗਾਗੇ ਮਹਾਦੇਵ ਦਾ ਦਿਲ ਰਜਾਮਦਾਏ ਉਹ ਡਮਰੂ ਵੱਜਦਾ ਹੈ ਤਬਲੇ ਦੇ ਨਾਲ ਮਿਲ ਕੇ ਪਰਲਾ ਤਿਰਕਟਾਂ ਨਾਲ ਮੁਕਾਮਦਾਇਆ ਤੇਰੇ ਮਿੱਠੇ ਜੇ ਸਵਾਰਾਂ ਨੇ ਵੀਰ ਚੰਦਾ ਦਿਲ ਬੋਲਿਆ ਆਤਮਾ ਰਾਮਦਾਏ ਸੋਣਪੁਰੀ ਦੀ ਕਰਾਂ ਕੀ ਉਸਤਤੀ ਮੈਂ ਉਹ ਜਿੱਥੇ ਬਾਦਸ਼ਾਹ ਰੋਜ ਵਸਾਉਂਦਾ ਏ ਚਾਰੇ ਤਰਫ ਸਵਰਨ ਦਾ ਕੋਟ ਲੱਗੀ ਰਹਿੰਦੀ ਸੀ ਸ਼ਹਿਬਰ ਫਲਵਾਰੀਆਂ ਦੀ ਨਿਤ ਸੈਰ ਦੇ ਵਾਸਤੇ ਜਾਂਦਾ ਏ ਪ੍ਰਾਤਾ ਕਾਲਜਾਂ ਅਰਜਮਾ ਉਦੇ ਹੁੰਦਾ ਤੇਜੀ ਨਾਲ ਚਮਕਾਰਿਆਂ ਨੂੰ ਪਾਉਂਦਾ ਏ ਇੱਕ ਰੋਜ ਕਲਾਸ ਤੇ ਜਾ ਕੇ ਜੀ ਕਰਕੇ ਨਿਰਤ ਨੂੰ ਖੂਬ ਵਖਾਉਂਦਾ ਏ ਬਾਣਾਸੁਰ ਬੜਾ ਰਾਗੀ ਸੀ ਇਹਦੇ ਚਿੱਤ ਦੇ ਵਿੱਚ ਲਹਿਰ ਆ ਗਈ ਗਾਣਾ ਸ਼ੁਰੂ ਕਰਤਾ ਸਾਜ ਸ਼ੁਰੂ ਕਰਤੇ ਉਹਨੇ ਨਾਚ ਸ਼ੁਰੂ ਕਰਤਾ ਨਸਾਚਰਾ ਹੈ ਜਿਹੜੇ ਇਹਨਾਂ ਨੂੰ ਬੜਾ ਗਾਉਣਾ ਆਉਂਦਾ ਆਹ ਨਸਾਚਰਾਂ ਦੀ ਕੋਲਾ ਜਿਹੜੇ ਮੁਸਲਮਾਨ ਆ ਮੁਸਲਮਾਨਾਂ ਵੀ ਤਾਕਤ ਦਾ ਹੀ ਹੈ ਜਿਹਦੇ 'ਚ ਤਾਕਤ ਨਹੀਂ ਹੈ ਉਹ ਗਾਉਣਾ ਨਹੀਂ ਸੂਟ ਆਉਂਦਾ ਦੇਖੋ ਮੁਸਲਮਾਨਾਂ ਕਿਸੇ ਗ੍ਰਾਮੀਆਂ ਫਿਰਦੇ ਇਹ ਨਸਾਚਰ ਕੌਣ ਹੈ ਪਿੱਛੇ ਤੋਂ ਉਹ ਆਹਦਾ ਡਮਰੂ ਵੱਜਦਾ ਹੈ ਤਬਲੇ ਦੇ ਨਾਲ ਮਿਲ ਕੇ ਪਾਲਣਾ ਕ੍ਰਿਕਟਾਂ ਨਾਲ ਮੁਕਾਮ ਦਾ ਏ ਬੀਣਾ ਬੰਸੀ ਸੁਤਾਰ ਨੇ ਨੀਂਦ ਪੈਂਦੀ ਸਰਮੀ ਵੱਜਦੀ ਕਹਿਰ ਲਿਆਉਂਦਾ ਏ ਰੈਲਾ ਤੋਸ਼ ਤਮੂਰ ਮਰਦੰਗ ਵੱਜੇ ਦਿਲ ਦਿਲਰਵਾ ਖੂਬ ਚਰਾਉਂਦਾ ਏ ਸ਼ਿਵਜੀ ਕਰ ਲਿਆ ਮਸਤ ਗੁਰਾਰੀਆਂ ਨੇ ਪਾਰਵਤੀ ਨੂੰ ਸਾਸ ਨਚਾਉਂਦਾ ਏ ਤੇਰੇ ਮਿੱਠੇ ਦੇ ਸੁਰਾਂ ਨੇ ਵੀਰ ਚੰਦ ਦਾ ਦਿਲ ਮੋਹ ਲਿਆ ਆਤਮਾ ਰਾਉਂਦਾ ਏ ਸ਼ੰਕਰ ਜੀ ਨਾਲ ਡਮਰੂ ਲੈ ਕੇ ਖੜੇ ਹੋ ਗਏ ਉਤਸ਼ਾਹ ਆਉਂਦਾ ਗਾਣੇ ਦਾ ਗਾਣਾ ਵੀ ਉਦੋਂ ਗਾਈਦਾ ਜਦੋਂ ਚਿੱਤ ਖੁਸ਼ ਹੋਵੇ ਕੋਈ ਰਾਗੀ ਸੀ ਉਹਨੂੰ ਬਾਦਸ਼ਾਹ ਨੇ ਕਿਹਾ ਕਿ ਕੋਈ ਗਾਣਾ ਸੁਣਾ ਉਹਦਾ ਚਿੱਤ ਉਦਾਸ ਸੀ ਵਾਰਾ ਜੀ ਮੈਂ ਨਹੀਂ ਸੁਣਾਉਂਦਾ ਉਹਨੇ ਅੱਖ ਵੀ ਗਾਣਾ ਸੁਣੀਏ ਇਹਦੇ ਮਗਰ ਲੱਗੀਏ ਕਿਤੇ ਦਾ ਚਿੱਤ ਖੁਸ਼ ਹੋਊ ਉਹ ਬਾਦਸ਼ਾਹ ਮਗਰ ਲੱਗ ਗਿਆ ਅੱਗੇ ਨਹਿਰ ਦੀਆਂ ਧਾਰਾਂ ਪੈਂਦੀਆਂ ਸੀ ਉਹਨਾਂ ਵਿੱਚ ਗਲੂੰਜ ਪੈਂਦੀ ਗ੍ਰਾਮ ਦੀ ਮੋਟਰ 'ਚ ਬੈਠੇ ਹੋਈ ਉਹਦੇ ਵੀ ਗ੍ਰਾਮ ਦਾ ਸੁਰ ਬੋਲਦਾ ਇੰਨੀਆਂ ਚੱਲਦਾ ਉਹਦੇ 'ਚ ਵੀ ਗ੍ਰਾਮ ਦਾ ਸੁਰ ਬੋਲਦਾ ਜਦੋਂ ਉਹ ਘੋੜਾਂ ਪਈਆਂ ਧਾਰਾਂ ਨੀਆਂ ਗ੍ਰਾਮ ਦਾ ਸੁਰ ਜਾਗਿਆ
ਉਹ ਸੁਰ ਦੇ ਵਿੱਚੋਂ ਰਾਗੀ ਨੇ ਸੁਰ ਲੈ ਕੇ ਤੇ ਗਾਉਣ ਲੱਗ ਗਿਆ। ਉਹ ਬਾਦਸ਼ਾਹ ਬੜਾ ਪ੍ਰਸੰਨ ਹੋਇਆ, ਪਰ ਉਹ ਮਿਹਣਾ ਦਿਲ ਦਾ ਮਾੜਾ ਬੋਲ ਬੈਠਾ। ਉਹ ਆਹਦਾ, ਤੈਨੂੰ ਬਾਦਸ਼ਾਹ ਹੀ ਦਰਬਾਰ ਕਿਹਾ ਸੀ, ਕੋਈ ਗਾਣਾ ਸੁਣਾ, ਤੇਰਾ ਅਸੀਂ ਮਾਨ ਤਾਨ ਕਰਦੇ, ਇੱਥੇ ਅੱਗੇ ਰੋਹੀ ਦੇ ਵਿੱਚ ਹੀ ਡਹਿ ਪਿਆ ਤੂੰ। ਤਾਂ ਉਹ ਚੁੱਪ ਕਰ ਗਿਆ। ਉਹ ਆਹਦਾ ਗਾਣਾ ਮੈਂ ਤਾਂ ਕਿ ਭੁੱਲ ਕੇ ਆ ਬੈਠਾ ਉਹਦਾ, ਨਹੀਂ ਬਸ ਮੇਰਾ ਕਿ ਹੁਣ ਨਹੀਂ ਮੈਂ ਸੁਣਾਉਣਾ। ਗਾਣਾ ਵੀ ਉਤਸ਼ਾਹ ਦਾ ਹੈ, ਬਾਣਾ ਸੁਰ ਦੇ ਗਾਉਣੇ ਕਰਕੇ ਉਹਦੇ ਸਾਜਾਂ ਦੀ ਧੁਨ ਵੇਖ ਕੇ ਸ਼ੰਕਰ ਜੀ ਡਮਰੂ ਲੈ ਕੇ ਪਾਰਵਤੀ ਨਾਲ ਲੈ ਕੇ ਮੁਸਤਰ ਦਾ ਗਾਣਾ ਸ਼ੁਰੂ ਕਰਦਾ। ਡਮਰੂ ਦੀਆਂ ਤ੍ਰਿਕਟਾਂ ਪੈਂਦੀਆਂ, ਡਮਰੂ ਬੜਾ ਸਵਾਦ ਆ, ਵਿਆਕਰਨ ਪੈਦਾ ਕਰਿਆ। ਸ਼ੰਕਰ ਜੀ ਨੇ ਆਈ ਉਹਨੇ ਰੀਤ ਕੇ ਉਹ ਹਰਦ ਵੱਟ ਨਾਲ ਯਮਗਣ ਨਾਮ ਚ ਪੰਜ ਕੱਟ ਦਸ ਜਗ ਜਗ ਦਸ ਚੱਟ ਤਪ ਕਪ ਸ਼ਕਸ਼ਰ ਹਾਲੇ ਸੂਤਰ ਵਿਆਕਰਨ ਡਮਰੂ ਸੇ ਪੈਦਾ ਹੋਏ। ਡਿਮ ਡਿਮ ਡਿਮਾਂਕ ਡਿਮ ਡਿਮ ਡਿਮਾਂਕ ਡਿਮ ਠੇਕਾ ਲੱਗਦਾ ਨਾ, ਡਿਮਾਂਕ ਡਿਮ ਪੁੱਠਾ, ਡਿਮਾਂਕ ਡਿਮਾਂਕ ਤਿਕਤਾ 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 ਛਬਾ ਮਾਈ ਨਾ ਪਾਸੇ। ਤਾਂ ਪਾਰਵਤੀ ਜੀ ਨੱਚਦੀ ਆ ਨਾਲ, ਸ਼ੰਕਰ ਜੀ ਨੱਚਦੇ ਆ, ਬਾਣਾ ਸੁਰ ਜੀ ਐਸਾ ਗਰਾਰੀਆਂ ਮਾਰ ਮਾਰ ਕੇ ਬਾਣਾ ਸੁਰ ਦੇ ਸਾਜੀਆਂ ਨੇ ਸ਼ੰਕਰ ਜੀ ਪ੍ਰਸੰਨ ਕਰ ਲਏ। ਬੇਟਾ ਮੈਂ ਤੇਰੇ ਤੇ ਬੜਾ ਆਨੰਦ ਹੈ, ਮੇਰੇ ਪਾਸੋਂ ਕੋਈ ਵਰ ਮੰਗ। ਤਾਂ ਬਾਣਾ ਸੁਰ ਜੀ ਕਹਿੰਦੇ, ਕਹਿੰਦਾ ਨਰਿੰਦ ਭੋਲ ਨਾਂ ਦੇ ਬਚਨ ਸੁਣ, ਐਸਾ ਵਰ ਦੇ ਹੋ ਮੈਨੂੰ ਕਰ ਦਿਓ ਅਮਰ ਜੀ, ਜਿਹਦੇ ਵਿੱਚ ਨਾ ਮੇਰੀ ਖਾਨ ਦੀ ਘੁੰਮਰ ਕੇ ਸੰਸਾਰ ਰੂਪੀ ਜਿਹੜੀ ਪੈਂਦੀ ਆ ਭਮਰ ਜੀ, ਕੱਢ ਦਿਓ ਬਾਹਰ ਮੈਨੂੰ ਬਲ ਬਾ ਦੇਸ਼ ਮਾਰ ਦਿਓ, ਬੱਜਰ ਸਮਾਨ ਕਾਠੀ ਕਰ ਦਿਓ ਕਮਰ ਜੀ, ਪ੍ਰਿਥਵੀ ਦਾ ਰਾਜਪੂਤ ਕਰਾਂ ਇਕਬਾਲ ਸਿੰਘ ਦਾ, ਮੇਰੇ ਨਾਲ ਆ ਕੇ ਕੋਈ ਕਰੇ ਨਾ ਸਮਰ ਜੀ। ਤਾਂ ਦੇ ਵਿੱਚ ਖੁਸ਼ ਹੋਇਆ ਸ਼ੰਕਰ ਜੀ, ਬਾਣਾ ਸਿੰਘ ਜੀ ਨੇ ਚਰਨ ਫੜ ਲਏ, ਮਹਾਰਾਜ ਐਸਾ ਹੀ ਮੈਨੂੰ ਬਲ ਬਖਸ਼ੋ, ਮੇਰੇ ਜੈਸਾ ਬਲ ਹੋਰ ਨੇ ਕਿਸੇ ਨੇ ਨਾ ਹੋਵੇ। ਫਿਰ ਮਹਾਰਾਜ ਸਰਮਾਟ ਪਾਤਸ਼ਾਹ ਤਿੰਨਾਂ ਲੋਕਾਂ ਦਾ ਮੈਨੂੰ ਬਾਦਸ਼ਾਹ ਬਣਾ ਦੇ, ਅੱਗੇ ਮਹਾਰਾਜ ਮੇਰੇ ਚਾਰ ਭੁਜਾ ਹਜ਼ਾਰ ਮੈਨੂੰ ਬਾਂਹ ਦੇ। ਮੇਰੇ ਚੇਤੇ ਜੇ ਨਾ ਅੱਛਾ ਰਹੇ ਵੀ ਮੈਂ ਕੋਈ ਹਥਿਆਰ ਫੜ ਕੇ ਨਹੀਂ ਦੇਖਿਆ, ਮੈਂ ਹਜ਼ਾਰ ਹੀ ਹੱਥ ਦੇ ਹਜ਼ਾਰ ਹੀ ਹਥਿਆਰ ਫੜ ਕੇ ਦੇਖਾਂ। ਸ਼ੰਕਰ ਜੀ ਦਾ ਨਾਇਕ ਜੀ ਬਜਾਏ ਕਾਲ ਵੀ ਦਿੱਤੇ ਹਾਂ, ਤਤਕਾਲ ਵਿਸਤ੍ਰਿਤ ਪਾਲ ਪੁਨ ਕਾਲ ਜੀ ਕੇ ਕਾਲ। ਸ਼ੰਕਰ ਜੀ ਤੋਂ ਐਸੇ ਪ੍ਰਸੰਨ ਹੁੰਦੇ ਆ, ਨੇੜੇ ਹੋ ਕੇ ਕੋਈ ਗੱਲ ਵਜਾਉਣ ਲੱਗ ਜੇ ਉਹ ਗੱਲ ਹੀ ਵਜਾਉਂਦੇ ਨਾ, ਜਿਹੜੇ ਜੰਗਲ ਹੈ ਬੰਬ 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 ਬਿਹਾਰੀ ਸ਼ਬਦ ਕਹਿੰਦੇ, ਉਹ ਗੱਲ ਤੇ ਖੁਸ਼ ਹੋ ਜਾਂਦੇ, ਉਹ ਨਾਨਾ ਤਰ੍ਹਾਂ ਦੀ ਰਾਤ ਗਾਉਂਦਾ। ਬੇਟਾ ਮੈਂ ਤੇਰੇ ਤੇ ਬੜਾ ਪ੍ਰਸੰਨ ਹੈ, ਤੂੰ ਤਿੰਨਾਂ ਲੋਕਾਂ ਦਾ ਸਰਮਾਰ ਰਾਜਾ, ਤੇਰਾ ਕੋਈ ਸਾਹਮਣਾ ਨਾ ਕਰੇਗਾ, ਜਾਂ ਤੈਨੂੰ ਹਜ਼ਾਰ ਪੁਜਾ ਸ਼ੰਕਰ ਜੀ ਬਾਣਾ ਸਿੰਘ ਨੂੰ ਕਲਾਸ ਤੇ ਬਖਸ਼ ਰਹੇ ਆ, ਦੇਖਾਂ ਭਲਾ ਕਹਿ ਕਹੇ ਮਹੇਸ਼ ਨਰੇਸ ਗੋ ਹੋ ਜੂ ਤੁਮਰਾ ਕਾਜ, ਮੈਂ ਵਰ ਦਿੱਤਾ ਤੁਸਾਂ ਕੋ ਕਰੋ ਵੈਸ ਸੇ ਰੰਗ ਜਾਰੇ ਉੱਤੇ ਨਾ ਮੈਂ ਖੁਸ਼ਹਾਲ ਬੇਟਿਆ, ਗਸੂਆ ਤੂੰ ਸਾਨੂੰ ਆ ਕੇ ਕਾਲ ਬੇਟਿਆ, ਮਸਤ ਤੂੰ ਸਾਨੂੰ ਪਾਰੀ ਦਨੇ, ਦੇ ਦੇਵਰ ਭੂਬਨੂ ਮਦਨ ਜੀ ਦਨੇ, ਉਹ ਤੇਰਾ ਬਲ ਬੇਟਾ ਨਾ ਕਿਸੇ ਤੋਂ ਰੋਕੀ ਦਾ, ਦੇਤਾ ਤੈਨੂੰ ਰਾਜ ਸਾਰੀ ਤਰ ਲੋਕੀ ਦਾ, ਕੁਛ ਰਾਜ ਲੈ ਤੇਰੇ ਗੀਤ ਨੇ, ਦੇ ਦੇਵਰ ਭੂਬਨੂ ਮਦਨ ਜੀ ਦਨੇ, ਸੰਸਰ ਪੂਜਾ ਲਗਾਤੀ ਸਰੀਰ ਨੂੰ
ਲਾਗੀ ਹੈ ਸਰੀਰ ਨੂੰ, ਦੇਵੇਂਗਾ ਜਿੱਤਣ ਨਾ ਤੂੰ ਕਿਸੇ ਵੀਰ ਨੂੰ। ਕਰ ਤੇ ਵਚਨ ਤੂੰ ਸਾਨੂੰ ਅਤੀਤ ਨੇ, ਦੇ ਦੇ ਵਾਰ ਭੂਪ ਨੂੰ ਮਦਨ ਜੀਤ ਨੇ। ਆਗਿਆ ਨੂੰ ਪਾ ਕੇ ਸੀਸ ਕੋ ਨਮਾ ਕੇ ਜੀ, ਆ ਗਿਆ ਗ੍ਰਹਿਵੇਂ ਐਸਾ ਬਲ ਪਾ ਕੇ ਜੀ। ਉਹ ਸ਼ਤਰੂ ਤਮਾਮ ਬਣ ਗਏ ਸੀ ਮੀਤ ਨੇ, ਦੇ ਦੇ ਵਾਰ ਭੂਪ ਨੂੰ ਮਦਨ ਜੀਤ ਨੇ। ਉਹ ਇੰਦਰ ਬਣ ਯੱਖ ਤੇ ਕੁਮੇਰ ਨੇ, ਜਿੱਤ ਲੈਣ ਜਾ ਕੇ ਬਾਣ ਸੁਰ ਸ਼ੇਰ ਨੇ। ਦੇਖ ਕੇ ਸਰੂਪ ਨਿਕਲ ਦੇ ਸੀਤ ਨੇ, ਦੇ ਦੇ ਵਾਰ ਭੂਪ ਨੂੰ ਮਦਨ ਜੀਤ ਨੇ। ਥਰਨ ਥਰਨ ਕੰਬੇ ਦਿਗਪਾਲ ਜੀ, ਪੂਰੀਆਂ ਦੇ ਵਿੱਚ ਬਾਦਸ਼ਾਹ ਪਚਾਲ ਜੀ। ਫਿਰ ਸੁੱਕ ਕੇ ਤੇ ਹੋ ਗਏ ਦੇਵਤੇ ਸਵੀਤ ਨੇ, ਦੇ ਦੇ ਵਾਰ ਭੂਪ ਨੂੰ ਮਦਨ ਜੀਤ ਨੇ। ਕਸ਼ਵ ਰੱਬ ਅਖਵਾ ਗਿਆ, ਰੱਬ ਅਖਵਾ ਗਿਆ, ਇਹ ਵੀ ਤੜੀ ਕੁੱਲ ਦੇਵਤਿਆਂ ਤੇ ਪਾ ਗਿਆ। ਬਾਜਦੇ ਨੀ ਜਾਦੋ ਕਰਦੇ ਆ ਨੀਤ ਨੇ, ਦੇ ਦੇ ਵਾਰ ਭੂਪ ਨੂੰ ਮਦਨ ਜੀਤ ਨੇ। ਉਹ ਵੀਰ ਚੰਦਾ ਬੜੀ ਸ਼ਕਤੀ ਹੈ ਰਾਗ ਨੂੰ, ਵੀਲ ਜੋ ਮਸਤ ਕਰ ਲੈਂਦੀ ਨਾਗ ਨੂੰ। ਸ਼ਿਵ ਜੀ ਦਵਾਨਾ ਕਰ ਲਿਆ ਸੰਗੀਤ ਨੇ, ਉਹ ਕਰ ਲਿਆ ਸੰਗੀਤ ਨੇ, ਦੇ ਦੇ ਵਾਰ ਭੂਪ ਨੂੰ ਮਦਨ ਜੀਤ ਨੇ। ਦੇ ਦੇ ਵਾਰ ਭੂਪ ਨੂੰ ਮਦਨ ਜੀਤ ਨੇ, ਮਦਨ ਨਾਮ ਹੈ ਕਾਮ ਦੇਵਤਾ ਦਾ, ਉਹਨੂੰ ਜਿੱਤਿਆ ਤਾਂ ਸ਼ੰਕਰ ਜੀ ਨੇ ਜਿੱਤਿਆ। ਤੇਰਾ ਬਲ ਬੇਟਾ ਨਾ ਕਿਸੇ ਤੋਂ ਰੋਕੀ ਦਾ, ਦੇਤਾ ਤੈਨੂੰ ਰਾਜ ਸਾਰੀ ਤਰਲੋਕੀ ਦਾ, ਪਰ ਦਿਲ ਕੋ ਚਰਾ ਕੇ ਲੈ ਗਏ ਤੇਰੇ ਗੀਤ ਨੇ। ਗਾਣੇ ਜੈਸਾ ਤਾਂ ਜਾਦੂ ਕੋਈ ਹੈ ਨਹੀਂ, ਉਹਦਾ ਮੇਰਾ ਦਿਲ ਚਰਾ ਲਿਆ, ਤੇਰੇ ਮਿੱਠੇ ਸ਼ਬਦਾਂ ਨੇ, ਮਿੱਠੇ ਸੁਰਾਂ ਨੇ, ਸਹਨ ਸਿਰ ਪੁਜਾ ਲਗਾ ਦੀ ਹੈ ਸਰੀਰ ਨੂੰ, ਦੇਵੇਂਗਾ ਜਿੱਤਣਾ ਤੂੰ ਕਿਸੇ ਵੀਰ ਨੂੰ। ਕਰਤੇ ਵਚਨ ਤੂੰ ਸਾਨੂੰ ਅਤੀਤ ਨੇ, ਜਿਹੜਾ ਸੰਸਾਰ ਤੇ ਪਾਸੇ ਆ ਉਹਨੇ ਅੱਗੇ ਵਚਨ ਕਰਤੇ। ਜਾ ਬੇਟਾ ਸਹਨ ਸਿਰ ਪੁਜਾ, ਸਰਨਾਥ ਬਾਦਸ਼ਾਹ ਤੇਰੇ ਜੈਸਾ ਬਲ ਨੂੰ ਕਿਸੇ ਨੇ ਹੋਰ ਨਹੀਂ ਹੋਏਗਾ, ਤੇਰਾ ਕੋਈ ਸਾਹਮਣਾ ਨਾ ਕਰ ਸਕੇਗਾ। ਆਗਿਆ ਨੂੰ ਪਾ ਕੇ ਸੀਸ ਕੋ ਨਵਾ ਕੇ, ਫਿਰ ਵੀ ਨਸਾਚਰ ਆਗਿਆ ਪਾ ਕੇ ਚਰਨੀ ਸਰਲਾ ਕੇ, ਆ ਗਿਆ ਗ੍ਰਹਿ ਮੇਂ ਐਸਾ ਬਲ ਪਾ ਕੇ ਆਪਦੇ ਘਰ ਚੱਕੇ ਆ ਗਿਆ। ਸ਼ਤਰੂ ਤਮਾਮ ਬਣ ਗਏ ਸੀ ਮੀਤ ਨੇ, ਜਿਹੜੇ ਬਾਣਾ ਸੁਰ ਦੇ ਦੁਸ਼ਮਣ ਸੀ ਆ ਕੇ ਵੀ ਸ਼ੰਕਰ ਦਾ ਬਲ ਹੈ ਦੇ ਬਲੀ ਸੀ ਸਭ ਜਿੱਤਲੇ ਕੁੜੀਆਂ ਦੇ ਵਿੱਚ ਪਾ ਦਿੱਤਾ, ਥਰਨ ਥਰਨ ਕੁੜੀਆਂ ਦੇ ਵਿੱਚ ਬ੍ਰਹਮ ਜਿੰਨੀਆਂ ਪਈਆਂ ਸਾਰੀਆਂ। ਦਿਗਪਾਲ ਜੋ ਪ੍ਰਿਥਵੀ ਨੂੰ ਚੱਕਣ ਵਾਲੇ, ਉਹ ਥਰਨ ਥਰਨ ਕਾਂਪਣ ਲੱਗੇ, ਪ੍ਰਿਥਵੀ ਬੋਲਣ ਲੱਗੀ, ਸੋਚਿਆ ਮੇਰਾ ਬਲ ਸਾਰੀ ਸੰਸਾਰ ਜਾਣਦੀ, ਮੇਰੇ ਬਲ ਨੂੰ ਤਾਂ ਸਾਰੀ ਸੰਸਾਰ ਜਾਣਦੀ, ਇਹ ਮੇਰੇ ਨਾਲ ਕੋਈ ਨੀ ਲੜਦਾ। ਪੱਟ ਕੇ ਪਹਾੜ ਟਕਰਾਨੇ ਲੱਗਿਆ, ਜਦੋਂ ਰਾਤ ਨੂੰ ਨੀਂਦ ਨਾ ਆਈ ਔਖਾ ਹੋਇਆ, ਫਿਰ ਪਹਾੜ ਨੂੰ ਦੇ ਗਲਿਆਂ ਨੂੰ ਮੈਂ ਫੜ ਕੇ ਬਾਣਾ ਸੁਰ ਜੀ ਫੇਰ ਇਹ ਵਿਰਸ਼ਾ ਨੂੰ ਸਿੱਧ ਦਾ ਜੜਾਂ ਚੋਂ ਪੁੱਟ ਕੇ ਚੂਰਨ ਪਹਾੜੀਆਂ ਬਣਾਈਆਂ, ਕੁੱਟ ਕੇ ਸ਼ੰਕਰ ਦੇ ਬਲ ਨੂੰ ਦਿਖਾਣੇ ਲੱਗਿਆ।
ਪੱਟ ਕੇ ਪਹਾੜ ਟਕਰਾਨੇ ਲੱਗਿਆ, ਸੁਣ ਕੇ ਟੰਕੋੜ ਚਾਂਪ ਦੀ ਪ੍ਰਿਥਵੀ। ਚਾਂਪ ਨਾਮ ਹੈ ਜਦੋਂ ਤੂਲੀ ਰਹਿ ਗਈ, ਉਹ ਤੰਦੀ ਜਦੋਂ ਖਿੱਚਦਾ ਨਾਲ ਟੰਕੋਰ ਦਾ ਲੋਹੇ ਦਾ ਤਨਸ਼ਾ ਹੈ ਉਹਦੇ ਚੋਂ ਟੰਕੋਰ ਪੈਂਦੀ, ਜੈਸੇ ਸਰੰਗੀ ਦੇ ਵਿੱਚ ਤੰਦੀ ਜਾਂ ਤਾਰ ਖਿੱਚੀ ਹੈ ਗੂੰਜਦੀ ਕਿ ਨਹੀਂ। ਸੁਣ ਕੇ ਟੰਕੋਰ ਚਾਂਪ ਦੀ ਪ੍ਰਿਥਵੀ ਤੋਂ ਐਂ ਕਰਕੇ ਤਨਸ ਨੂੰ ਛੱਡਦਾ ਹੈ, ਗੂੰਜਦਾ ਤਨਸ਼ ਥਰਨ ਥਰਨ ਕਾਂਪ ਦੀ ਪ੍ਰਿਥਵੀ। ਬਲੀ ਸੁੱਤ ਬਹੁਤ ਘਬਰਾਉਣੇ ਲੱਗਿਆ, ਪੱਟ ਕੇ ਪਹਾੜ ਟਕਰਾਉਣੇ ਲੱਗਿਆ। ਤਿੰਨੋਂ ਲੋਕ ਜਿੱਤਿਆ, ਤਿੰਨੋਂ ਲੋਕ ਜਿੱਤਿਆ 14 ਲੋਕ ਨੂੰ। ਰਿਸ਼ੀ ਮੁਨੀ ਲੱਗ ਪਏ ਕਰਨ ਸ਼ੋਕ ਨੂੰ, ਰਿਸ਼ੀ ਮੁਨੀਆਂ ਜਿਹੜੇ ਸ਼ੋਕ ਕਰਨ ਲੱਗ ਗਏ। 14 ਭਵਨ, ਤਿੰਨੇ ਲੋਕ ਬਾਲਾ ਸੂਰੀ ਜੀ ਨੇ ਜਿੱਤ ਲਏ। ਫਿਰ ਕਹਿੰਦਾ ਮੇਰਾ ਬਲ ਸਾਰੀ ਸੰਸਾਰ ਜਾਣਤੀ, ਸ਼ਿਵਾਂ ਕੋਲੇ ਜਾਵਾਂ ਆਮਦੀ ਨੇ ਸ਼ਾਂਤੀ। ਸਰਪਤੀ ਬਵਾਨ ਨੂੰ ਚਲਾਉਣੇ ਲੱਗਿਆ, ਚਲੋ ਮੇਰਾ ਬਲ ਦਾ ਮੇਰੇ ਦਾ ਕੋਈ ਸਾਹਮਣਾ ਨਹੀਂ ਕਰਦਾ, ਸ਼ੰਕਰ ਦੇ ਪਾ ਚਲੀਏ। ਦੁਬਾਰਾ ਕਲਾਸ ਤੇ ਫਿਰ ਆ ਗਿਆ, ਦੂਜੀ ਵਾਰੀ ਫਿਰ ਪਹੁੰਚ ਗਿਆ ਕਲਾਸ ਤੇ। ਸ਼ਾਇਰੀ ਰਤੀ ਮਸਤਾ ਗੁਰਾਂ ਦੀ ਆਸ ਤੇ ਕਿਰਪਾ ਜਿਨ੍ਹਾਂ ਦੀ ਨਾਲ ਗਾਣੇ ਲੱਗਿਆ, ਪੱਟ ਕੇ ਪਹਾੜ ਟਕਰਾਉਣੇ ਲੱਗਿਆ। ਸ਼ੰਕਰ ਜੀ ਦੇ ਕੋਲ ਆ ਕੇ ਕਲਾਸ ਦੇ ਉੱਤੇ ਬਾਣਾ ਸੁਰ ਜੀ ਬਲੇ ਬਲ ਫੁੱਲੇ ਹੋਏ ਬਲ ਦੇ ਵਿੱਚ, ਜੈਸੇ ਇੰਜਣ ਨੂੰ ਕਰੇਨ ਚੱਕਣ ਵਾਸਤੇ ਤਿਆਰ ਹੁੰਦੀ ਹੈ, ਐਂ ਗਰਮ ਹੋਇਆ। ਮਹਾਰਾਜ ਤੁਹਾਡੀ ਜੋ ਸ਼ਕਤੀ ਦਿੱਤੀ ਹੋਈ ਮੇਰੇ ਪਾਸੋਂ ਪਚਦੀ ਨਹੀਂ, ਦੁਬਾਰਾ ਮੈਂ ਕਲਾਸ ਤੇ ਫੇਰ ਆਇਆ, ਜਾਂ ਤਾਂ ਕੋਈ ਲੜਨ ਵਾਲਾ ਮੈਨੂੰ ਦੱਸ, ਉਹਦੇ ਨਾਲ ਜਾ ਕੇ ਮੈਂ ਜੰਗ ਕਰਾਂ, ਜਾਂ ਆ ਜਿਹੜੀਆਂ ਪੂਜਾ ਦਿੱਤੀਆਂ ਜਾਂ ਆਪਦਾ ਬਲ ਦਿੱਤਾ ਹੈ ਇਹ ਮੇਰੇ ਕੋਲ ਮੋੜ ਲਾ, ਮੇਰੇ ਕੋਲ ਨਹੀਂ ਪਚਦਾ। ਜੇ ਦੋਹਾਂ ਚੋਂ ਗੱਲ ਕੋਈ ਨਹੀਂ ਬਣਦੀ ਤਾਂ ਤੂੰ ਆ ਜਾ, ਤੂੰ ਕਿਤੇ ਲੜਕੇ ਵੇਖਿਆ ਕਿ ਐਵੇਂ ਅੱਕ ਤੂੰ ਧੂਆ ਪੀਣ ਜਾਣਦਾ ਹੈ। ਬਾਣਾ ਸੁਰ ਸ਼ੰਕਰ ਦੇ ਜੁੰਡਿਆਂ ਨੂੰ ਚਿਮੜਨ ਵਾਸਤੇ ਤਿਆਰ ਕਰਦਾ, ਜਿਵੇਂ ਮਤਵਾਲਾ ਹਾਸੀ ਸ਼ਰਾਬ ਦਾ ਡੱਕਿਆ ਝੂਲਦਾ, ਐ ਕਲਾਸ ਤੇ ਝੂਲਦਾ ਤੇ ਸ਼ੰਕਰ ਨੂੰ ਕਹਿੰਦਾ ਦੇਖਾਂ ਭਲਾ ਕਹਿ ਕੇ ਜਾਂਦਾ। ਪੂਤ ਰਾਜ ਕੋ ਬੂਬ ਜੀ ਲੱਗਾ ਸੁਣਾਉਣੇ ਬੈਨ, ਲਰਵੇ ਤੋਂ ਬਿਲਾ ਸਾਨੂੰ ਨਹੀਂ ਆਵਦੀ ਚੈਨ। ਉਹ ਮਾਰਦਾ ਬਲੀ ਫੁਕਾਰੇ ਪੰਨਗ ਫਿਰ ਕਾਲਾ ਜਿਉਂ, ਐਸੇ ਫਿਰ ਹੁਆ ਬਾਵਲਾ ਪੀਤਾ ਪੰਗ ਪਿਆਲਾ ਜਿਉਂ। ਸ਼ੰਕਰ ਦੇ ਕੋਲੇ ਝੂਲੇ ਹਾਥੀ ਮਤਵਾਲਾ ਜਿਉਂ, ਤੇਰਾ ਬਲ ਦਿੱਤਾ ਹੋਇਆ ਅਸੀਂ ਪਹੁੰਚਾਉਣਾ ਕੀ, ਦੁਸ਼ਮਣ ਤੋਂ ਬਿਨਾਂ ਜ਼ੋਰ ਦਾ ਦੱਸੋ ਪਹੁੰਚਾਉਣਾ ਕੀ। ਉਹ ਦੁਸ਼ਮਣ ਤੋਂ ਬਿਨਾਂ ਜ਼ੋਰ ਦਾ ਕਿਆ ਨਾ ਮੈਨੂੰ ਕਿਸੇ ਨੇ ਫਿਰਿਆ ਨੌ ਖੰਡ, ਮੈਂ ਤੇਰੇ ਪ੍ਰਤਾਪ ਨਾਲ ਜੀ ਜਿੱਤ ਲਿਆ ਬ੍ਰਹਿਮੰਡ, ਮੈਂ ਕੋਈ ਨਾ ਰਿਹਾ ਚੂਰਮਾ ਧਰਤੀ ਦੀ ਕੰਡ, ਮੈਂ ਮੇਰੇ ਨਾਲ ਮੱਥਾ ਆ ਕੇ ਕਿਸੇ ਨੇ ਲਾਉਣਾ ਕੀ, ਦੁਸ਼ਮਣ ਤੋਂ ਬਿਨਾਂ ਜ਼ੋਰ ਦਾ ਦੱਸੋ ਬਣਾਉਣਾ ਕੀ, ਉਹ ਐਰੀ ਤੋਂ ਬਿਨਾਂ ਜ਼ੋਰ ਦਾ ਜਰਲਾਟ ਪੁਜਾਵੇਂ ਆਉਂਦੀ ਨਾ ਚੈਨ ਜੀ, ਔਖਾ ਮੈਂ ਹੁੰਦਾ ਪਾਰੀ ਦਿਨ ਤੇ ਫਿਰ ਰਹਿਣ ਜੀ, ਕੀਤੀ ਪਰਕੰਮਿਆ ਸਾਰੀ ਧਰਤੀ ਦੀ ਐਨ ਜੀ, ਐਵੇਂ ਤਾਂ ਬੋਝ ਪੁਜਾਦਾ ਐਵੇਂ ਅਠਾਉਣਾ ਕੀ, ਦੁਸ਼ਮਣ ਤੋਂ ਬਿਨਾਂ ਜ਼ੋਰ ਦਾ ਦੱਸੋ ਬਣਾਉਣਾ ਕੀ,
ਓ ਵੈਰੀ ਤੋਂ ਬਿਨਾ ਜੋਰਦਾਰ ਮੰਗ ਗਿਆ ਮੈਂ ਪਾਲ ਪਾਲ ਕੇ ਕੋਈ ਦਸਾਉਂਦਾ ਨਹੀਂ ਦੁਨੀਆਂ ਦੇ ਉੱਤੇ ਸ਼ੂਰਮਾ ਲੜਨੇ ਨੂੰ ਸਿਆਉਂਦਾ ਨਹੀਂ ਮੇਰੇ ਵਿੱਚ ਜੋਰ ਗੁਰੂ ਜੀ ਇੰਨਾ ਸਮਾਉਂਦਾ ਨਹੀਂ ਆਪਦੇ ਵਰਗੇ ਬਿਨਾ ਹੋਰ ਸਤਾਉਣਾ ਕੀ ਦੁਸ਼ਮਣ ਤੋਂ ਬਿਨਾ ਜੋਰ ਦਾ ਦੱਸੋ ਬਣਾਉਣਾ ਕੀ ਉਹ ਵੈਰੀ ਤੋਂ ਬਿਨਾ ਜੋਰ ਦਾ ਚਲਦੀ ਨਾ ਭਾਰ ਪ੍ਰਿਥਵੀ ਮੇਰਾ ਅਕੇਲੇ ਦਾ ਪੀਤਾ ਹੈ ਭੰਗ ਸਤੂਰਾ ਤੇਰਾ ਵੀ ਵੇਲੇ ਦਾ ਦੱਸੋ ਬਣਾਉਣਾ ਕੀ ਮਹਾਰਾਜ ਮੇਰੀ ਮੈਂ ਕਹਿੰਦਾ ਮੈਂ ਫਿਰ ਉੱਠਦਾ ਇਸ ਵਾਸਤੇ ਚਲਦੀ ਨਾ ਭਾਰ ਪ੍ਰਿਥਵੀ ਮੇਰਾ ਅਕੇਲੇ ਦਾ ਪੀਤਾ ਹੈ ਭੰਗ ਧੂਰਾ ਤੇਰਾ ਵੀ ਵਿਹਲੇ ਦਾ ਪੱਟ ਕੇ ਕਲਾਸ ਉਡਾ ਦੂੰ ਦੇਖੀ ਵੱਲ ਚੇਲੇ ਦਾ ਸਭਾ ਵਿੱਚ ਨੱਚਣਾ ਘੁੰਗਟ ਕੱਢ ਕੇ ਸ਼ਰਮਾਉਣਾ ਦੁਸ਼ਮਣ ਤੋਂ ਬਿਨਾਂ ਜ਼ੋਰਦਾਰ ਦਸਤੋ ਬਣਾਉਣਾ ਜਦੋਂ ਕੋਈ ਲੜਨ ਵਾਲਾ ਦੁਸ਼ਮਣ ਨਹੀਂ ਆਇਆ ਤੇ ਮੁਕਾਬਲਾ ਨਹੀਂ ਕਿਹਦਾ ਕਰ ਸਕਦਾ ਫਿਰ ਐਵੇਂ ਮਹਾਰਾਜ ਕੀ ਬਾਹਾਂ ਦਾ ਭਾਰ ਚੱਕਣਾ ਉਹ ਵੇਲਾ ਹੈ ਢਿੱਲਦਾ ਨਹੀਂ ਮੈਥੋਂ ਮਹਾਰਾਜ ਬਾਹਲਾ ਚ ਖੜਾ ਨਹੀਂ ਕਹਿੰਦਾ ਮੈਂ ਤੁਹਾਨੂੰ ਚਿਬੜ ਦੂੰ ਤੁਸੀਂ ਉੱਠ ਕੇ ਮੇਰੇ ਨਾਲ ਜੰਗ ਕਰਾਓ ਜਾਂ ਕੋਈ ਉਪਾਅ ਦੱਸੋ ਥੋੜੇ ਗੱਲਾਂ ਕਰੀਏ ਇਨਸੇ ਕੁਛ ਮਿਲਦਾ ਨਹੀਂ ਕਥਾ ਤੋਂ ਬਿਨਾਂ ਆਤਮਿਆਂ ਸ਼ੈਰੀ ਦਾ ਗਾਉਣਾ ਸੀ ਕੀ ਵਾਲਾ ਜਾਂ ਤਿੰਨਾਂ ਚੋਂ ਉਪਾਅ ਜਾਂ ਬਲ ਮੋੜਲਾ ਜਾਂ ਲੜਨ ਵਾਲਾ ਦੱਸ ਤੇ ਜਾਂ ਆਪ ਲੜਨ ਵਾਸਤੇ ਤਿਆਰ ਹੋ ਜਾ ਸੇਵਾ ਦਾ ਫੇਰ ਮੈਂ ਇਸ ਵਾਸਤੇ ਬੈਠਾ ਜਦੋਂ ਨਿਕਲੇ ਮੈਂ ਉਹਨਾਂ ਤੂੰ ਵੀ ਆ ਹਥਿਆਰ ਕੜਾ ਫਿਰੂੰ ਉਹਦਾ ਇਸ ਕੜੇ ਦੇ ਵਿੱਚ ਕੀ ਗੁਣ ਆ ਉਹਦਾ ਗੁਣ ਇਹਦੇ ਵਿੱਚ ਕੋਈ ਨੀ ਇਹ ਤਾਂ ਬੰਦੇ ਭਸਮ ਕਰਦਾ ਜਿਹਦੇ ਕੋਈ ਫੇਰ ਕੇ ਭਸਮ ਆਖੀਏ ਉਹ ਭਸਮ ਹੋ ਜਾਂਦਾ ਇਹ ਦਿੱਤਾ ਕੀ ਨਹੀਂ ਹੈ ਅਖੇ ਸ਼ੰਕਰ ਜੀ ਨੇ ਆ ਤੂੰ ਵੀ ਬੜਾ ਨੀਤੀਵਾਨ ਹੈ ਸ਼ੰਕਰ ਨੇ ਦਿੱਤਾ ਉਹਦੇ ਤੇ ਫੇਰਨ ਵਾਸਤੇ ਤਿਆਰ ਹੋਇਆ ਬੈਠਾ ਮੇਰੀ ਤਾਂ ਸਮਝੇ ਅੱਕ ਧਤੂਰਾ ਇਤਿਆਦੀ ਜਿਹੜੀਆਂ ਜਹਰਾਲੀ ਚੀਜ਼ਾਂ ਇਹ ਖਾਂਦਾ ਪੀਂਦਾ ਹੈ ਇਹਦੇ ਨਾਲ ਇਹਦਾ ਦਿਮਾਗ ਖਰਾਬ ਹੋ ਗਿਆ ਐਵੇਂ ਸਾਚਾ ਨੂੰ ਆ ਕੜਾ ਫੇਰ ਦਵਾਇਆ ਇਹੋ ਜਿਹੀ ਫਲਾਨਾ ਕੁਛ ਉਹਦੀ ਗਲਤ ਬਾਤ ਹੈ ਉਹ ਆਹਦਾ ਜੀ ਨਹੀਂ ਸਾਡਾ ਸਾਚਰਾ ਦਾ ਗੁਰੂ ਹੈ ਇਹਦੀ ਬਾਤ ਕਹੀ ਵਾਲੀ ਨਹੀਂ ਜਾਂਦੀ ਉਹਦਾ ਮੈਂ ਤਾਂ ਮੰਨਦਾ ਨੀ ਭਲਾ ਕੜਾ ਪ੍ਰਤਿਆ ਕੇ ਵੇਖ ਕਿੱਥੇ ਅੱਗੇ ਆਪ ਦੇ ਤੂੰ ਫਿਰ ਕਹਿੰਦਾ ਵੇਖ ਭਲਾ ਭਸਮ ਕਰ ਸਕਣੀ ਤੂੰ ਏਡਾ ਗਿਆਨ ਹੀ ਨਾ ਰਹੇ ਵੀ ਮੈਂ ਭਸਮ ਹੋ ਗਿਆ ਤਾਂ ਮੈਂ ਕੜਾ ਹੀ ਕਰਨਾ ਮਗਰੋਂ ਉਹ ਆਪਦੇ ਉੱਤੋਂ ਦੀ ਫੇਰ ਕੇ ਤੇ ਉਹ ਭਸਮਾ ਗਿਆ ਉਹ ਭਸਮਾ ਸੁਣਜੀ ਆਪ ਹੀ ਭਸਮਾ ਹੋਵੇ ਤਾਂ ਹੁਣ ਛੱਟੇ ਆ ਗਿਆ ਹੁਣ ਝੋਟੇ ਦਾ ਸੂਰ ਛੱਡ ਕੇ ਨਿਕਲਿਆ ਉਹ ਭਸਮਾ ਸੁਰਜੀ ਖਤਮ ਹੋ ਗਏ ਤਾਂ ਫਿਰ ਬਾਣਾ ਸੁਰਜੀ ਕਲਕਾਰ ਦੇ ਵੀ ਮੇਰੇ ਨਾਲ ਜਾਂ ਲੜ ਜਾਂ